ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਆਂ ਕੋ ਇਸ ਵਿਚਾਰ ਨੂੰ ਸਰਵਣ ਕਰਦੇ ਹਾਂ। ਆਪਾਂ ਤੁਸੀਂ ਸਾਰੇ ਆਪਦੇ ਮਨ 'ਚ ਸੋਚ ਕੇ ਆਪਦੇ ਆਪ ਨੂੰ ਜਵਾਬ ਦਿਆ ਜੇ ਵੀ ਆਪਾਂ ਕਿੰਨੇ ਕੁ ਗੁਰਮੁਖ ਹਾਂ ਜਿਹੜੇ ਰੋਜ਼ ਦਾ ਰੋਜ਼ ਆਪਾਂ ਜੋ ਗੁਰਮੰਤਰ ਦਾ ਅਭਿਆਸ ਆਪਾਂ ਨੂੰ ਦਸਵੇਂ ਪਾਤਸ਼ਾਹ ਨੇ ਦਿੱਤਾ, ਅੱਜ ਪੰਜ ਪਿਆਰੇ ਵੀ ਸਾਨੂੰ ਦੇ ਰਹੇ, ਆਪਾਂ ਕਰਦੇ ਹਾਂ ਸ਼ਬਦ ਦਾ ਅਭਿਆਸ, ਅਤੇ ਸਾਰੇ ਆਪਾਂ ਆਪਦੇ ਆਪ ਨੂੰ ਸਿੱਖ ਵੀ ਕਹਾਉਂਦੇ ਹਾਂ, ਖਾਲਸੇ ਵੀ ਕਹਾਉਂਦੇ ਹਾਂ, ਰਾਜ ਵੀ ਆਪਾਂ ਨੂੰ ਚਾਹੀਦਾ, ਜ਼ਮੀਨ ਜਦਾਦ ਸਭ ਕੁਛ ਚਾਹੀਦਾ। ਪਰ ਜੇ ਆਪਾਂ ਇਹ ਇੱਕ ਗੁਰਮੁਖ, ਅੱਛਾ ਸਿੱਖ ਪ੍ਰਗਟ ਕਿੱਥੋਂ ਹੋਇਆ ਸੀ ਇਹ ਵੇਖੀਏ ਆਪਾਂ। ਰੀਤਾਂ ਤਾਂ ਪਹਿਲਾਂ ਵੀ ਚੱਲਦੀਆਂ ਸੀ, ਮੰਦਰ ਵੀ ਬਣੇ ਹੋਏ ਸੀ, ਮਸਜਿਦਾਂ ਵੀ ਬਣੀਆਂ ਹੋਈਆਂ ਸੀਗੀਆਂ, ਹਿੰਦੂ ਮੁਸਲਮਾਨ ਦਾ ਰੌਲਾ ਚੱਲਦਾ ਪਿਆ ਸੀ, ਸਭ ਚੱਲਦਾ ਸੀਗਾ, ਬੜੇ ਵੱਡੇ ਵੱਡੀਆਂ ਜਲਸੇ ਹੁੰਦੇ ਸੀ ਉਹਨਾਂ ਦੇ, ਬੜੇ ਵੱਡੇ ਵੱਡੇ ਇਕੱਠ ਹੁੰਦੇ ਸੀਗੇ, ਸਭ ਰੀਤਾਂ ਤਾਂ ਉਹ ਚੱਲਦੀਆਂ ਹੀ ਸੀਗੀਆਂ, ਰਾਜ ਵੀ ਚੱਲਦੇ ਪਏ ਸੀ। ਸਿੱਖ ਪ੍ਰਗਟ ਹੋਇਆ ਸੀਗਾ ਆਕਾਰ ਦੀ ਪੂਜਾ ਤੋਂ ਰਹਿਤ ਕਰਕੇ, ਮੰਦਰਾਂ ਮਸਜਿਦਾਂ ਦੇ ਵਿੱਚੋਂ ਕੱਢ ਕੇ, ਹਰ ਤਰ੍ਹਾਂ ਦੀ ਮਰਿਆਦਾ ਦਾ ਖੰਡਨ ਕਰਕੇ, ਸ਼ਬਦ ਗੁਰੂ ਦੀ ਪੂਜਾ ਵਿੱਚ ਲਵਾ ਕੇ ਸਿੱਧਾ ਪ੍ਰਕਾਸ਼ ਦੇ ਨਾਲ ਜੋੜਿਆ ਸੀ ਵੀ ਜਿਹੜੇ ਇਹ ਮਰਿਆਦਾ ਤੇ ਚੱਲਣਗੇ ਉਹ ਸਿੱਖ ਨੇ, ਜਿਹੜਾ ਮੰਦਰ ਮਸਜਿਦ ਦੇ ਭੁਲੇਖੇ ਤੋਂ ਬਾਹਰ ਹੈ, ਜਿਹੜਾ ਜਨੇਊ ਸੁਨਤ ਦੇ ਭੁਲੇਖੇ ਤੋਂ ਬਾਹਰ ਹੈ, ਜਿਹੜਾ ਦੇਵੀ ਦੈਂਤਾਂ ਦੀ, ਪੀਰਾਂ ਫਕੀਰਾਂ ਸ਼ਹੀਦਾਂ ਦੀ, ਫੌਜਾਂ ਦੀ, ਇਹਨਾਂ ਦੀਆਂ ਉਸਤਤ ਕਰਨ ਤੋਂ ਬਾਹਰ ਹੈ, ਸਿੱਧਾ ਸ਼ਬਦ ਗੁਰੂ ਦੀ ਆਰਾਧਨਾ ਕਰਦਾ, ਮਸਤਕ ਦੇ ਬੈਠੇ ਮਾਲਕ ਦੇ ਨਾਲ ਸੰਪਰਕ ਰੱਖਦਾ, ਨਾਦ ਦੇ ਨਾਲ ਜੁੜਿਆ ਹੋਇਆ, ਨਾਦੀ ਪੋਤੇ ਗੁਰੂ ਗੋਬਿੰਦ ਸਿੰਘ ਜੀ ਦਾ, ਉਹ ਸਿੱਖ ਹੈ। ਹੁਣ ਆਪਾਂ ਵੇਖੀਏ ਬਈ ਉਹ ਸਿਧਾਂਤ ਆਪਣੇ 'ਚ ਅੱਜ ਕਿੰਨਾ ਕੁ ਕਾਇਮ ਆ, ਆਪਾਂ ਸ਼ਬਦ ਦਾ ਅਭਿਆਸ ਕਿੰਨਾ ਕਰਦੇ ਹਾਂ, ਆਪਾਂ ਆਕਾਰਾਂ ਦੀ ਪੂਜਾ ਤੋਂ ਟੁੱਟ ਗਏ ਹਾਂ। ਆਪਣੇ ਪਿੰਡ ਦੇ ਵਿੱਚ ਆਪਾਂ ਵੇਖੀਏ, ਪੰਜਾਬ ਹੈ, ਪੰਜਾਬ ਦੇ ਵਿੱਚ ਬਹੁਤ ਤਾਦਾਦ ਹੈ, ਆਪਣੇ ਪਿੰਡ ਦੇ ਵਿੱਚ ਕਿੰਨੀਆਂ ਕੁ ਮੜੀਆਂ ਨੂੰ ਲੋਕ ਪੂਜਦੇ ਆ, ਕਿੰਨੀਆਂ ਕੁ ਮਸਾਣੀਆਂ ਨੂੰ ਪੂਜਦੇ ਆ। ਚਲੋ ਇੱਕ ਆਪਾਂ ਆਪਦੇ ਆਪ ਨੂੰ ਸਿੱਖ ਕਹਾਉਂਦੇ ਹਾਂ, ਆਪਦੀ ਗੱਲ 'ਤੇ ਰਹੀਏ, ਦੂਜੇ ਜੋ ਕਰਦੇ ਕਰਨ ਦੇ, ਜਿਹਨਾਂ ਨੂੰ ਪਤਾ ਨਹੀਂ, ਆਪਾਂ ਤਾਂ ਦੋਨੋਂ ਟਾਈਮ ਗੁਰੂ ਸਾਹਿਬ ਨੂੰ ਮਸਤਕ ਝੁਕਾਉਂਦੇ ਹਾਂ। ਗੁਰੂ ਘਰ ਆਪਾਂ ਉਸਾਰੀਆਂ ਵੀ ਕਰਵਾਈਆਂ ਨੇ, ਆਪ ਵੀ ਬਣਾਏ ਆ, ਕਿਤੇ ਬਣਿਆ ਹੋਇਆਂ 'ਚ ਵੀ ਗਏ ਹਾਂ, ਤੀਰਥਾਂ ਦੇ ਜਿਹੜੇ ਆਪਾਂ ਮੜੀਆਂ ਦੀਆਂ ਮਸਾਣੀਆਂ ਦੀਆਂ ਜੋਤਾਂ ਦੀਆਂ ਆਪਦੇ ਘਰ 'ਚ ਵੇਖੋ ਪਹਿਲਾਂ, ਫਿਰ ਆਪਦੇ ਰਿਸ਼ਤੇਦਾਰੀ ਪੜੋਸੀਆਂ 'ਚ ਵੇਖੋ ਕਿੰਨੇ ਕੁ ਆਪਾਂ ਦੂਰ ਹਾਂ। ਅੱਜ ਵੀ ਸਾਨੂੰ ਡਰ ਲੱਗਦਾ ਭੂਤਾਂ ਪ੍ਰੇਤਾਂ ਤੋਂ ਵੀ ਕਿਸੇ ਦੇ ਵਿੱਚ ਕੋਈ ਵੜ ਜਾਂਦਾ ਹੈ, ਕੋਈ ਮੜੀ ਦੇ ਉੱਪਰ ਜਾ ਕੇ ਜੋਤ ਜਗਾਉਣੀ ਚਾਹੀਦੀ ਹੈ, ਅਸੀਂ ਸ਼ਹੀਦਾਂ ਦੀ ਜਗ੍ਹਾ ਛੱਡੀ ਹੋਈ ਹੈ, ਅਸੀਂ ਜਠੇਰਿਆਂ ਦੀ ਛੱਡੀ ਹੋਈ ਹੈ, ਅਸੀਂ ਆਪਦੇ ਬਜ਼ੁਰਗਾਂ ਦੀ ਛੱਡੀ ਹੋਈ ਹੈ, ਅਤੇ ਫਿਰ ਜਦੋਂ ਇਹ ਕਾਰਵਾਈ ਜੋ ਗੁਰਮਤ ਤੋਂ ਉਲਟ ਆ ਆਪਾਂ ਕਰਦੇ ਪਏ ਹਾਂ, ਅਤੇ ਜਿਹੜਾ ਵੀ ਕਰਦੇ ਹਾਂ, ਫਿਰ ਆਪਾਂ ਸਿੱਖ ਨਹੀਂ ਹੈਗੇ, ਫਿਰ ਆਪਾਂ ਉਹੀ ਜਿਹੜੀ ਬਚਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ, ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਵੀ, ਆਪਾਂ ਇਸ਼ਨਾਨ ਕਰਕੇ ਬਸ ਦਸਤਾਰ ਸਜਾ ਰਹੇ ਹਾਂ। ਭੇਖ ਕਦੇ ਵੀ ਸਿੱਖ ਨਹੀਂ ਹੈ, ਸਿੱਖੀ ਮਨ ਦੇ ਸਿਧਾਂਤ ਤੋਂ ਜਨਮ ਲੈਂਦੀ ਹੈ। ਸਿੱਖ ਸਿੱਖੀ ਖੰਡਿਓ ਤਿੱਖੀ ਐਵੇਂ ਤਾਂ ਨਹੀਂ ਕਿਹਾ, ਜਿਹੜਾ ਹਰ ਵਕਤ ਮਾਲਕ ਦੇ ਹੁਕਮ ਦੇ ਵਿੱਚ ਚੱਲਦਾ ਹੈ, ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਸਿੱਖ ਹੈ। ਸ਼ਬਦ ਗੁਰੂ ਦਾ ਸਿੱਖ ਹੈ, ਨਿਰਾਕਾਰ ਦੀ ਪੂਜਾ ਦਾ ਸਿੱਖ ਹੈ, ਤੇ ਉਹਨੂੰ ਅਵਨਾਸੀ ਰਾਜ ਮਾਲਕ ਨੇ ਦਿੱਤਾ ਹੈ, ਉਹਨੂੰ ਹੁਕਮ ਲਾਇਆ ਹੋਇਆ, ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼, ਤੈਨੂੰ ਕਿਸੇ ਅੱਗੇ ਝੁਕਣ ਦੀ ਕੋਈ ਲੋੜ ਨਹੀਂ, ਥਿਰ ਘਰ ਆ ਸਾਡੇ ਸਾਹਮਣੇ ਹੈ, ਨੇਤਰ ਬੰਦ ਕਰੀਏ ਸਾਰੇ ਪਾਸੇ, ਸਾਹਮਣੇ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਆ, ਇਹਦੀ ਪਛਾਣ ਕਰ,
ਥਿਰ ਘਰ ਦੇ ਵਿੱਚ ਆਪਦਾ ਧਿਆਨ ਟਕਾ ਕੇ ਰੱਖ। ਤੇਰੇ ਕਾਰਜ ਮੈਂ ਆਪ ਸਵਾਰਾਂਗਾ, ਤੇਰੇ ਦੁਸ਼ਟਾਂ ਨੂੰ ਦੂਤਾਂ ਦਾ ਖੰਡਨ ਮੈਂ ਆਪ ਕਰਾਂਗਾ, ਤੈਨੂੰ ਮੈਂ ਰਾਜ ਦਿਆਂਗਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀਂ ਜਮ ਨਹੀਂ ਆਵੈ ਨੇਰੇ। ਪਰ ਉਹਨਾਂ ਨੇ ਕੀ ਆਖਿਆ, ਤੂੰ ਸੰਤਾਂ ਕਾ, ਨਾ ਕਿ ਉਹਨਾਂ ਨੇ ਆਖਿਆ ਅਸੰਤਾਂ ਦਾ, ਅਨਾੜੀਆਂ ਦਾ, ਮਨਮੁੱਖਾਂ ਦਾ। ਚਲੋ ਪਾਲਦਾ ਤਾਂ ਸਾਰਿਆਂ ਨੂੰ ਹੀ ਹੈ, ਉਹ ਅਕ੍ਰਿਤਕਣਾਂ ਨੂੰ ਪਾਲਦਾ ਭਾਈ, ਉਹ ਸਾਰਿਆਂ ਦੀ ਪਰਉਪਕਾਰ ਆ। ਉਹਦੇ ਵਾਸਤੇ ਸੱਪ ਭੂਤ ਸ਼ੇਰ ਇਨਸਾਨ ਸਭ ਇੱਕ ਨੇ, ਪਰ ਇਹ ਕਿਹਾ ਤੂੰ ਸੰਤਾਂ ਕਾ ਸੰਤ ਤੇਰੇ। ਜੇ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਖੁਸ਼ੀਆਂ ਲੈਣੀਆਂ ਨੇ ਤਾਂ ਸੰਤ ਬਣਨਾ ਪਏਗਾ। ਅਤੇ ਸੰਤ ਕੌਣ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸੰਤ ਉਹ ਇਹ ਜਿਹੜਾ ਨਾਮ ਦੇ ਨਾਲ ਜੁੜਿਆ ਰਹਿੰਦਾ, ਕਰਮ ਵੀ ਕਰੀ ਜਾਂਦਾ, ਨਾਮਾ ਕਹਿ ਤਲੋਚਨਾ ਮੁਖ ਤੇ, ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੇਤਨ ਰੰਜਨ ਨਾਲ। ਜੇ ਸਿਮਰਨ ਕਰਨ ਲੱਗ ਗਏ ਸਾਰਾ ਕਾਰਜ ਸਵਰ ਜਾਏਗਾ। ਹੁਣ ਆਪਾਂ ਨਾ ਤਾਂ ਗੁਰਬਾਣੀ ਪੜ੍ਹੀਏ, ਅਤੇ ਜੋ ਪੜ੍ਹਦੇ ਨੇ ਉਹਨਾਂ ਕੋਲ ਬੈਠ ਕੇ ਸੁਣਦੇ ਨਹੀਂ, ਉਲਟਾ ਉਹਨਾਂ ਦੀ ਨਿੰਦਿਆ ਕਰਦੇ ਹਾਂ। ਆਪਾਂ ਗੁਰੂ ਘਰ ਦੇ ਵਜ਼ੀਰਾਂ ਦੀ, ਗ੍ਰੰਥੀ ਸਿੰਘਾਂ ਦੀ ਬਹੁਤ ਨਿੰਦਿਆ ਕਰਦੇ ਹਾਂ। ਜੋ ਪੜ੍ਹ ਕੇ ਸੁਣਾਉਂਦੇ ਨੇ, ਜੋ ਫਿਰ ਵੀ ਕਿਤੇ ਨਾ ਕਿਤੇ ਜਿਨ੍ਹਾਂ ਦਾ ਜ਼ਮੀਰ ਹੈਗਾ ਗੁਰਬਾਣੀ ਨਾਲ ਜੁੜੇ ਹੋਏ ਨੇ, ਉਪਰਾਲਾ ਕਰਦੇ ਪਏ ਨੇ, ਨਾ ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰਦੇ। ਉਹਨਾਂ ਨਾਲ ਆਪਾਂ ਐਸੀ ਕਰਦੇ ਹਾਂ ਨਾ, ਉਹਨਾਂ ਦੇ ਮੂੰਹੋਂ ਨਿਕਲਦਾ ਕਿ 90% ਵੀ ਅਸੀਂ ਤਾਂ ਇਸ ਲਾਈਨ ਵਿੱਚ ਪੈ ਗਏ ਹਾਂ, ਅਸੀਂ ਬੱਚਿਆਂ ਨੂੰ ਨਹੀਂ ਇਸ ਲਾਈਨ 'ਚ ਪਾਉਣਾ ਚਾਹੁੰਦੇ। ਮੈਂ ਨਿੱਜੀ ਤੌਰ 'ਤੇ, ਮੇਰੀ ਸਾਂਝ ਏ, ਆਪਣੇ ਤਾਂ ਚਲੋ ਰਸਤਾ ਹੀ ਏ, ਬਹੁਤ 90% ਗ੍ਰੰਥੀ ਸਿੰਘ ਇਹ ਕਹਿਣਗੇ ਅਸੀਂ ਇਸ ਲਾਈਨ ਵਿੱਚ ਆ ਗਏ, ਅਸੀਂ ਬੱਚਿਆਂ ਨੂੰ ਨਹੀਂ ਪਾਉਣਾ ਚਾਹੁੰਦੇ। ਕਿਉਂ? ਕੋਈ ਕਹਿੰਦੇ ਕੋਈ ਗੁਰੂ ਸਾਹਿਬ ਦੀ ਗਲਤੀ ਨਹੀਂ, ਕੋਈ ਗੁਰਬਾਣੀ 'ਚੋਂ ਨਹੀਂ, ਪਰ ਜੋ ਸਾਡੇ ਨਾਲ ਹੁੰਦੀ ਹੈ ਨਾ ਪਿੰਡਾਂ ਦੇ ਵਿੱਚ ਖਾਸ ਕਰਕੇ, ਸਾਨੂੰ ਪਤਾ ਹੈ। ਅਸੀਂ ਬੜੀ ਸਾਰੀ ਜਿਹੜੀ ਹੈਗੀ ਹੈ ਨੈਗੋਸ਼ੀਏਸ਼ਨ ਦਾ ਸ਼ਿਕਾਰ ਹੁੰਦੇ ਹਾਂ, ਅਸੀਂ ਬਹੁਤ ਈਰਖਾ ਦਾ ਸ਼ਿਕਾਰ ਹੁੰਦੇ ਹਾਂ। ਸਾਡੇ ਉੱਪਰ 5-7 ਬੰਦੇ ਰਾਜਨੀਤੀ ਕਰਕੇ ਸਾਨੂੰ ਨੀਚਾ ਵੀ ਦਿਖਾਉਂਦੇ ਆ। ਹਰ ਪਿੰਡ ਦੀ ਗੱਲ ਹੈ ਜੀ, ਮੈਂ ਕੋਈ ਨਿੱਜੀ ਤੌਰ 'ਤੇ ਕਿਸੇ ਸਥਾਨ ਬਾਰੇ ਨਹੀਂ ਕਹਿੰਦਾ ਪਿਆ। ਕਿਉਂ? ਕਿਉਂਕਿ ਆਪ ਬਾਣੀ ਪੜ੍ਹਨੀ ਨਹੀਂ, ਆਪਦੇ ਬੱਚੇ ਅਸੀਂ ਬਾਣੀ ਨਾਲ ਜੋੜੇ ਨਹੀਂ। ਆਪਦੇ ਬੱਚੇ ਤਾਂ ਅਸੀਂ ਜੋੜੇ ਹੋਏ ਨੇ ਐਜੂਕੇਸ਼ਨ ਦੇ ਨਾਲ, ਬਿਜ਼ਨਸ ਦੇ ਨਾਲ, ਪੈਲੀਆਂ ਦੇ ਨਾਲ, ਜ਼ਮੀਨਾਂ ਜਾਇਦਾਦਾਂ ਦੇ ਨਾਲ। ਉਹ ਕੋਈ ਗਲਤ ਤਾਂ ਨਹੀਂ, ਬੱਚਿਆਂ ਨੂੰ ਵਿਦੇਸ਼ ਭੇਜੋ, ਪੈਲੀਆਂ ਦੇ ਵਿੱਚ ਭੇਜੋ, ਸਕੂਲਾਂ ਕਾਲਜਾਂ ਦੇ ਵਿੱਚ ਭੇਜੋ, ਪਰ ਇਹ ਸਬਜੈਕਟ ਕਿਉਂ ਬਾਹਰ ਕੱਢਤਾ ਆਪਾਂ ਗੁਰਬਾਣੀ ਵਾਲਾ? ਆਪਦੇ ਬੱਚਿਆਂ ਨੂੰ ਬਾਣੀ ਨਾਲ ਕਿਉਂ ਨਹੀਂ ਜੋੜਦੇ ਆਪਾਂ? ਰੋਟੀ ਕਮਾਉਣੀ ਸਿਖਾਤੀ, ਬੋਲਣਾ ਸਿਖਾਤਾ, ਰਿਸ਼ਤੇਦਾਰੀ 'ਚ ਜਾਣਾ ਸਿਖਾਤਾ, ਵਿਆਹ ਸ਼ਾਦੀ ਭੋਗ ਸਭ ਸਿਖਾਤੇ, ਬਾਣੀ ਕਿਉਂ ਕੱਢੀ ਆਪਾਂ ਆਪਦੇ ਘਰਾਂ ਦੇ ਵਿੱਚੋਂ? ਨਾ ਆਪਾਂ ਆਪ ਪੜ੍ਹਦੇ, ਨਾ ਬੱਚਿਆਂ ਨੂੰ ਪੜ੍ਹਾਉਂਦੇ। ਗੁਰਬਾਣੀ ਇਹ ਤਾਂ ਨਹੀਂ ਕਹਿੰਦੀ ਵੀ ਬੱਚਿਆਂ ਨੂੰ ਅਮਰੀਕਾ ਨਾ ਭੇਜੋ, ਬਾਣੀ ਇਹ ਤਾਂ ਨਹੀਂ ਕਹਿੰਦੀ ਵੀ ਟਰੱਕ ਨਾ ਚਲਾਓ, ਗੁਰਬਾਣੀ ਗੁਰੂ ਇਹ ਤਾਂ ਨਹੀਂ ਕਹਿੰਦੇ ਵੀ ਖੇਤੀ ਨਾ ਕਰੋ, ਗੁਰਬਾਣੀ ਗੁਰੂ ਇਹ ਤਾਂ ਨਹੀਂ ਕਹਿੰਦੇ ਵੀ ਵਿਆਹ ਨਾ ਕਰੋ। ਜਦ ਕੋਲ ਉਡੀਕਾ ਹੋਵੇ ਵੀ ਬਾਣੀ ਪੜ੍ਹਿਆ, ਜਿਹੜਾ ਬੱਚਾ ਹੈ ਨਾ ਜੀ, ਉਹ ਫਿਰ ਇਸ ਰਸਤੇ ਚੱਲ ਪੈਂਦਾ, ਸਗੋਂ ਉਹਦੇ 'ਚ ਸਹਿਜ ਆਏਗੀ। ਜੇ ਬੱਚਾ ਸਿਮਰਨ ਨਾਲ ਜੁੜੇਗਾ, ਬਾਣੀ ਪੜ੍ਹੇਗਾ, ਸਗੋਂ ਤਾਂ ਉਹ ਨਸ਼ਿਆਂ ਤੋਂ ਬਚੇਗਾ, ਵੇਸਵਾਬਾਜ਼ੀ ਤੋਂ ਬਚੇਗਾ, ਪਰਤਰੀ ਪਰ ਰੂਪ ਤੋਂ ਬਚੇਗਾ। ਅਤੇ ਫਿਰ ਉਹ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਉੱਪਰ ਨੈਗੋਸ਼ੀਏਸ਼ਨ ਇੰਨੀ ਹੈ ਬਈ ਉਹ ਵਿਚਾਰੇ ਤੰਗ ਹੋਏ ਪਏ ਨੇ। ਨਾ ਉਹਨਾਂ ਦੇ ਸਰੀਰਕ ਭੱਤੇ ਪੂਰੇ ਹੁੰਦੇ ਆ, ਨਾ ਉਹਨਾਂ ਨੂੰ ਕੋਈ ਇੰਨੀ ਜਿੰਨੀ ਵਡਿਆਈ ਉਹਨਾਂ ਨੂੰ ਮਿਲਣੀ ਚਾਹੀਦੀ ਗੁਰੂ ਘਰ ਦੇ ਵਜ਼ੀਰਾਂ ਨੂੰ, ਉਹਨੀ ਨਹੀਂ ਮਿਲਦੀ ਪਈ। ਅਤੇ ਇਹ ਕੀ ਹੈ, ਇਹ ਫਿਰ ਇੱਕ ਪੰਥ ਦਾ ਆਉਣ ਵਾਲਾ ਮਾੜੇ ਸਮੇਂ ਦੀਆਂ ਨਿਸ਼ਾਨੀਆਂ ਨੇ। ਪੁਰਾਤਨ ਵਿੱਚ ਚੜ੍ਹਦੀ ਕਲਾ ਕਿਉਂ ਸੀ? ਹਰ ਤਰ੍ਹਾਂ ਦੀ ਸਹੂਲਤ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਲਈ ਜੇ ਕੋਈ ਸੀਸ ਵੀ ਮੰਗਦਾ ਸੀ ਤਾਂ ਸੀਸ ਵੀ ਦਿੱਤਾ ਜਾਂਦਾ ਸੀ। ਅਤੇ ਗੁਰਬਾਣੀ ਗੁਰੂ ਨੂੰ ਆਂਚ ਨਾ ਆ ਜਾਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜਾਂ ਪਿੱਛੇ ਕਿੰਨੀਆਂ ਸ਼ਹੀਦੀਆਂ ਹੋਈਆਂ ਜੀ।
ਤੇ ਅੱਜ ਕੀ ਹੈ, ਅੱਜ ਮਹਾਰਾਜ ਦੀ ਬਾਣੀ ਦੀ ਇੰਨੀ ਬੇਅਦਬੀ ਹੁੰਦੀ ਪਈ ਆ ਤੇ ਆਪਾਂ ਨੂੰ ਅੱਜ ਹਾ ਦਾ ਨਾਰਾ ਮਾਰਨ ਵਾਲਾ ਕੋਈ ਲੱਭਦਾ ਨਹੀਂ, ਜੇ ਲੱਭਦੇ ਕੋ ਵਿਰਲੇ ਹੀ ਆ। ਅੱਜ ਗੁਰੂ ਘਰਾਂ ਦੇ ਵਿੱਚ ਬਾਣੀ ਗੁਰੂ ਦੀ ਬੇਅਦਬੀ ਹੋ ਰਹੀ ਆ, ਮਹਾਰਾਜ ਦੀ ਬੀੜਾਂ ਦੀ ਬੇਅਦਬੀ ਹੋ ਰਹੀ ਸਾਡੇ ਸਾਹਮਣੇ। ਸਾਡੇ ਬੱਚਿਆਂ ਨੂੰ ਆਪਦੇ ਪਰਿਵਾਰਾਂ 'ਚ ਜਾ ਕੇ ਪੁੱਛ ਲਿਓ, ਕਈਆਂ ਤਾਂ ਇਹ ਨਹੀਂ ਪਤਾ ਵੀ ਮਹਾਰਾਜ ਦੇ ਵਿੱਚ ਅੰਗ ਕਿੰਨੇ ਹੈਗੇ ਆ ਜਿਹਨਾਂ 'ਤੇ ਬਾਣੀ ਲਿਖੀ। ਇੱਥੇ ਬੱਚੇ ਬੈਠੇ ਹੋਣੇ ਨਵੇਂ, ਇਹਨਾਂ ਨੂੰ ਪੁੱਛ ਲਓ ਵੀ ਮਹਾਰਾਜ ਦੇ ਵਿੱਚ ਕਿੰਨੇ ਗੁਰੂ ਸਾਹਿਬ ਦੀ ਬਾਣੀ ਆ, ਇਹ ਨਹੀਂ ਪਤਾ ਹੈਗਾ। ਗੁਰੂ ਸਾਹਿਬ ਦੇ ਨਾਂ ਲੜੀਵਾਰ ਪੁੱਛ ਲਓ ਕਿੰਨੇ ਆ, ਨਹੀਂ ਪਤਾ। ਅਤੇ ਕੌਣ ਆਪਾਂ? ਸਿੱਖ ਹਾਂ ਜੀ। ਖਾਲਸਾ ਰਾਜ ਚਾਹੀਦਾ ਸਾਨੂੰ, ਰਾਜ ਚਾਹੀਦਾ, ਸਹੂਲਤ ਚਾਹੀਦੀ ਹੈ, ਲੋਕ ਸਾਨੂੰ ਸਲਾਮ ਮਾਰਨ, ਡਿਪਟੀ ਸਾਨੂੰ ਸਲਾਮ ਮਾਰੇ, ਇਹ ਸਾਰਾ ਕੁਝ ਚਾਹੀਦਾ। ਜੇ ਗੁਰੂ ਘਰ ਦੇ ਬਾਰੇ ਮਾੜਾ ਜਿਹਾ ਪੁੱਛ ਲਈਏ ਵੀ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬੱਚਿਆਂ ਦੇ ਨਾਂ ਦੱਸਿਆ ਜੀ, ਦੋ ਮੁੰਡੇ ਸੀ ਉਹਨਾਂ ਦੇ ਬੱਚੇ, ਨਾਂ ਪਤਾ ਤੁਹਾਨੂੰ? ਉਹ ਨਹੀਂ ਪਤਾ ਜੀ। ਰਾਜ ਚਾਹੀਦਾ ਗੁਰੂ ਨਾਨਕ ਦੇ ਘਰ ਦਾ, ਅਤੇ ਗੁਰੂ ਨਾਨਕ ਦੇ ਘਰ ਦੀ ਇਹ ਅਲਫ ਬੇ ਪਤਾ ਨਹੀਂ ਹੈਗੀ ਵੀ ਕੀ ਹੈ, ਪੰਕਤੀਆਂ ਪਤਾ ਨਹੀਂ ਵਿੱਚ ਗੁਰੂ ਸਾਹਿਬ ਦੇ, ਉਹ ਪਤਾ ਨਹੀਂ, ਬਸ ਸੋਸ਼ਲ ਮੀਡੀਆ 'ਤੇ ਜੋ ਚੱਲ ਪਿਆ ਚੱਲ ਪਿਆ। ਸੋ ਇਸ ਕਰਕੇ ਜੇ ਜੜ੍ਹਾਂ ਨਹੀਂ ਹੈਗੀਆਂ ਤਾਂ ਉਹ ਕਹਿੰਦੇ 'ਤੇ ਫਲ ਲੱਗਣਗੇ? ਹਰ ਸਿਮਰਨ ਛਾੜ ਪਰਮਗਤ ਚਾਹੈ, ਮੂਲ ਬਿਨਾ ਸਾਖਗਤ ਹੈ। ਨਾ ਗਿਆਨ ਦੀ ਜੜ੍ਹ ਆ, ਨਾ ਸਾਨੂੰ ਗੁਰੂ ਘਰ ਦੇ ਬਾਰੇ ਇਤਿਹਾਸ ਦਾ ਪਤਾ, ਨਾ ਅਸੀਂ ਸਿਮਰਨ ਨਾਲ ਜੁੜੇ ਹੋਏ, ਨਾ ਅਸੀਂ ਬਾਣੀ ਪੜ੍ਹਦੇ ਹਾਂ, ਨਾ ਜੋ ਬਾਣੀ ਪੜ੍ਹਦੇ ਨੇ ਉਹਨਾਂ ਕੋਲ ਬੈਠ ਕੇ ਚਲੋ ਸੁਣੀ ਲਈਏ ਵੀ ਸਾਨੂੰ ਨਹੀਂ ਆਉਂਦੀ, ਚਲੋ ਕਿਸੇ ਕਾਰਨ ਅਸੀਂ ਨਹੀਂ ਪੰਜਾਬੀ ਸਿੱਖੀ, ਨਹੀਂ ਪੜ੍ਹਨੀ ਆਉਂਦੀ, ਸੰਥਿਆ ਨਹੀਂ ਕੀਤੀ, ਨਾ ਉਹਨਾਂ ਦਾ ਸਤਿਕਾਰ ਕਰਦੇ ਹਾਂ। ਗੁਰੂ ਘਰ ਆਪਣੇ ਚੜ੍ਹਦੀ ਕਲਾ ਐਸੀ ਮਾਲਕ ਦੀ, ਹਰ ਪਿੰਡਾਂ ਦੇ ਵਿੱਚ ਅੱਜ ਜੋ ਪੁਰਾਤਨ ਇਮਾਰਤਾਂ ਸੀ ਨਹੀਂ ਹੈਗੀਆਂ, ਕਰੋੜਾਂ ਕਰੋੜਾਂ ਦੇ ਹਿਸਾਬ ਨਾਲ ਬਣੇ ਹੋਏ ਆ, ਅਤੇ ਹਰ ਪਿੰਡ ਵਿੱਚ ਅਲੱਗ ਅਲੱਗ ਬਰਾਦਰੀ ਦੇ ਤਿੰਨ ਤਿੰਨ ਚਾਰ ਚਾਰ ਹਰ ਪਿੰਡਾਂ 'ਚ ਗੁਰੂ ਘਰ ਨੇ। ਸਾਡੇ ਹਰਿਆਣੇ 'ਚ ਵੀ ਇਸ ਤਰ੍ਹਾਂ, ਪੰਜਾਬ 'ਚ ਵੀ ਲੱਗ ਪਏ, ਪਰ ਵਿੱਚ ਸੰਗਤ ਕਿੰਨੀ ਆ? ਸਵੇਰੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਦੋਂ ਦੇਖ ਲਿਆ ਕਰੋ, ਸ਼ਾਮੀ ਰਹਿਰਾ ਸਮੇਂ ਵੇਲੇ 15-20 ਪਿੰਡ ਦੇ ਵਿੱਚ ਬੰਦੇ ਜ਼ੋਰ ਕਰਕੇ, ਅਤੇ ਸੰਗਤ ਸੱਦਣ ਦੇ ਲਈ ਸਾਨੂੰ ਉਹਨਾਂ ਸੰਗਤ ਦੇ ਰੱਖ ਰਖਾਵ ਲਈ ਨਹੀਂ ਖਰਚਾ ਆਉਂਦਾ, ਜਿੰਨਾ ਉਹਨਾਂ ਨੂੰ ਸੱਦਣ ਦੇ ਲਈ ਆਪਾਂ ਨੂੰ ਪ੍ਰਚਾਰ ਕਰਨ ਦੇ ਵਿੱਚ ਸਮਾਂ ਲੱਗਦਾ, ਵੀ ਫਲੈਕਸੀਆਂ ਲਾਓ, ਆਹ ਲਿਆਓ, ਘਰੋਂ ਸੱਦ ਸੱਦ ਕੇ ਲਿਆਓ, ਆਓ ਬਈ ਕੋ ਗੁਰੂ ਦੀ ਗੱਲ ਸੁਣੋ, ਆਓ ਬਈ ਕੋ ਗੁਰੂ ਗੱਲ, ਅਤੇ ਇਹ ਤੋਂ ਮਾੜੀ ਗੱਲ ਕੀ ਹੈ? ਅਤੇ ਮਾੜਾ ਜਿਹਾ ਇੱਥੇ ਕਹਿ ਦਿਓ ਕੋ ਕਿਸੇ ਸਿੰਗਰ ਦਾ ਨਾਂ ਵੀ ਉਹਨੇ ਆਉਣਾ ਫੁਹਾਰਾ ਚੌਂਕ 'ਤੇ, ਤਾਂ ਵੇਖਿਆ ਜੋ ਫਿਰ ਬਣਦਾ ਕੀ। ਮਾੜੀ ਜੀ ਐਵੇਂ ਕਿਤੇ ਗਲਤੀ ਨਾਲ ਪਤਾ ਲੱਗ ਜਾਣਾ ਫੁਹਾਰਾ ਚੌਂਕ 'ਤੇ ਫਲਾਣਾ ਗਾਇਕ ਆ ਰਿਹਾ, ਕਲਾਕਾਰ, ਅਤੇ ਤੁਸੀਂ ਫਲੈਕਸੀ ਭਾਵੇਂ ਨਾਂ ਵੀ ਲਾਇਆ ਜੇ, ਨਾਂ ਵੀ ਸੱਦੇ ਦਿਆ ਜੇ, ਕੀ ਮਾਨਸਿਕਤਾ ਜਿਹੜੀ ਹੈ, ਦ੍ਰਿੜਤਾ ਦਿਨੋ ਦਿਨ ਕੌਮ ਦੀ ਲਾ ਲਓ, ਬੱਚਿਆਂ ਦੀ ਲਾ ਲਓ, ਚਾਰ ਸਾਰੇ ਵਰਨਾਂ ਦਾ ਇਹੀ ਹਾਲ ਹੈ, ਐਸੀ ਹੁੰਦੀ ਜਾ ਰਹੀ ਆ ਵੀ ਸਾਡੇ ਮਨਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਗੁਰੂ ਨਾਨਕ ਜੀ ਦਾ ਘਰ ਦਾ ਜਿਹੜਾ ਹੈ ਮੈਸੇਜ ਕੱਢ ਕੇ ਕੁਛ ਹੋਰ ਹੀ ਹੋਰ ਦ੍ਰਿੜ ਕਰਵਾਇਆ ਜਾ ਰਿਹਾ, ਅਤੇ ਜੋ ਮਨ 'ਚ ਇੱਥੇ ਦ੍ਰਿੜ ਹੋ ਗਿਆ ਉਹ ਚੱਲੇਗਾ। ਬੇਸ਼ੱਕ ਜਿੰਨੇ ਮਰਜ਼ੀ ਗੁਰੂ ਘਰ ਬਣਾ ਲਓ, ਅੱਜ ਗੋਰਿਆਂ ਦੀਆਂ ਕਿੰਨੀਆਂ ਕਿੰਨੀਆਂ ਚਰਚਾਂ ਨੇ, ਅਤੇ ਤੁਸੀਂ ਸਾਰੇ ਦੇਸ਼ ਵਿਦੇਸ਼ ਜਾਂਦੇ ਜੇ, ਅਤੇ ਚਰਚ ਬਣਾਈ ਉੱਥੇ ਕੀ ਕਰੀ? ਉੱਥੇ ਜਾਂਦੇ ਹੀ ਨਹੀਂ ਕੋਈ, ਅਤੇ ਜੇ ਜਾਂਦੇ ਵੀ ਉੱਥੇ ਉਹ ਕਹਿੰਦੇ ਉਹ ਗੁਰਮੈਂ ਦੱਸਦੇ ਸੀ ਉਹ ਚਰਚ 'ਚ ਬੈਠ ਕੇ ਉਹ ਆਪਦਾ ਸ਼ਰਾਬ ਪਾਣੀ ਪੀ ਜਾਂਦੇ ਆ, ਬੀਅਰ ਬੂਰ ਪੀ ਜਾਂਦੇ ਆ, ਸਾਡੇ ਨਾਲ ਲੰਘਦੇ ਉਵੇਂ ਬਣ ਜਾਏ। ਚਰਚ ਬਣੀ ਕੀ ਕਰੂਗੀ ਜੇ ਉਹਦੇ ਵਿੱਚ ਬੈਠਦੇ ਹੀ ਨਹੀਂ ਕੋਈ, ਕਬੂਤਰ ਉੱਡਦੇ ਉੱਥੇ ਜਾ ਕੇ, ਅਤੇ ਗੁਰੂ ਘਰ ਬਣੇ ਕੀ ਕਰਨਗੇ ਜਿਵੇਂ ਸੰਗਤ ਹੀ ਨਹੀਂ ਆਉਂਦੀ? ਆਹ ਬੜਾ ਵੱਡਾ ਗੁਰੂ ਸਾਹਿਬ ਦੀ ਕਿਰਪਾ ਹੈ ਪਟਿਆਲੇ ਸ਼ਹਿਰ 'ਤੇ, ਖਾਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਵੇਖੋ ਆਹ ਗੁਰਮੁਖਾਂ ਨੇ ਕਿੱਡਾ ਸੋਹਣਾ ਉਪਰਾਲਾ ਕੀਤਾ ਹੈ ਵੀ ਚਲੋ ਗੁਰੂ ਘਰ ਦੀ ਮਰਿਆਦਾ ਤਾਂ ਇਹੀ ਹੈ ਨਾ ਵੀ ਕਿਸੇ ਬਹਾਨੇ ਨਾਮ ਜਪਿਆ ਜਾਵੇ, ਕੀਰਤਨ ਦਰਬਾਰ ਚੱਲਣ, ਅਕੱਥ ਦੀਆਂ ਵਿਚਾਰਾਂ ਚੱਲਣ, ਇਤਿਹਾਸ ਦੀਆਂ ਵਿਚਾਰਾਂ ਚੱਲਣ। ਇਹ ਵਿਸ਼ਾ ਪੰਥ ਦਾ ਬੜਾ ਵੱਡਾ ਹੈ,
ਇਹ ਇਹ ਕੋਈ ਹੈ ਨਹੀਂ ਵੀ ਇਕੱਲੀ ਇਤਿਹਾਸ ਦੀ ਵਿਚਾਰ ਹੀ ਚੱਲੇ, ਇਤਿਹਾਸ ਦੇ ਨਾਲ ਸ਼ਬਦ ਦੀ ਵਿਚਾਰ ਚੱਲਣੀ ਵੀ ਜ਼ਰੂਰੀ ਹੈ, ਕੀਰਤਨ ਦੇ ਨਾਲ ਸਿਮਰਨ ਚੱਲਣਾ ਵੀ ਜ਼ਰੂਰੀ ਹੈ, ਬਾਣੀ ਦੇ ਨਾਲ ਸਾਰੀ ਸਾਰੇ ਕਿੰਨੇ ਸਿਧਾਂਤ ਹੁੰਦੇ ਆ, ਦਲ ਪੰਥ ਬਹੁਤ ਵੱਡੀ ਅਵਸਥਾ ਹੈ, ਅੰਮ੍ਰਿਤ ਪਾਨ ਵੀ ਜ਼ਰੂਰੀ ਹੈ, ਇਕੱਠ ਦੀ ਵਿਚਾਰ ਵੀ ਜ਼ਰੂਰੀ ਹੈ, ਸਿਮਰਨ ਵੀ ਜ਼ਰੂਰੀ ਹੈ, ਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਇਤਿਹਾਸ ਦੀ ਵਿਚਾਰ ਵੀ ਜ਼ਰੂਰੀ ਹੈ, ਜਿਹੜੇ ਮਹਾਂਪੁਰਸ਼ਾਂ ਦੇ ਉੱਪਰ ਕਿਰਪਾ ਹੋ ਕੇ ਮਾਲਕ ਨੇ ਕਲਾ ਵਰਤਾਈਆਂ, ਉਹ ਕਲਾ ਦੀਆਂ ਵਿਚਾਰਾਂ ਵੀ ਜ਼ਰੂਰੀ ਹੈ, ਫਿਰ ਦਲ ਪੰਥ ਚੱਲਦਾ। ਅਤੇ ਅੱਜ ਇਹ ਬੜੀ ਇੱਕ, ਮੈਂ ਤਾਂ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਕਰਦਾ ਵੀ ਇਹਨਾਂ ਨੇ ਇੱਕ ਸਾਡੇ ਉੱਪਰ ਲਾਓ ਵੀ ਇੱਕ ਭਾਈਚਾਰਾ ਨਿਭਾਇਆ ਜੋ ਇਹਨਾਂ ਸਿਮਰਨ ਕਰਨ ਦੀ ਆਗਿਆ ਦਿੱਤੀ ਹੈ। ਸਾਡੇ ਗੁਰੂ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਰੁਕਾਵਟ ਆ ਵੀ ਬਹੁਤੇ ਗੁਰੂ ਘਰਾਂ ਦੇ ਵਿੱਚ ਤੁਸੀਂ ਸਿਮਰਨ ਨਹੀਂ ਕਰ ਸਕਦੇ। ਬੇਸ਼ੱਕ ਸਾਨੂੰ ਪੰਜ ਪਿਆਰੇ ਕਹਿੰਦੇ ਨੇ ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਲਈ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਪਰ ਉਹਨੂੰ ਤੁਸੀਂ ਖੁੱਲ੍ਹੇ ਰੂਪ 'ਚ ਨਹੀਂ ਕਰ ਸਕਦੇ। ਅਤੇ ਮਹਾਰਾਜ ਨੇ ਵੀ ਕਿਹਾ ਵੀ ਸਵਾਸ ਗ੍ਰਾਸ ਕਰੋ, ਚਲੋ ਨਾਮ ਹੀ ਜਪਣਾ ਨਾ, ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦੇ ਤੁਸੀਂ। ਪਰ ਇਹ ਕੋਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬਾਨ ਜੀ ਅਤੇ ਗੁਰੂ ਘਰ ਦੇ ਗ੍ਰੰਥੀ ਕੁਛ ਵਿਰਲੇ ਗੁਰਮੁਖ ਜਿਹੜੇ ਬੰਦਗੀ ਨਾਲ ਜੁੜੇ ਹੋਏ ਆ, ਬਿਲਕੁਲ ਸਹਿਜ ਦੇ ਵਿੱਚ ਵਿਚਰਦੇ ਨੇ, ਉਹ ਇੰਨਾ ਕੁ ਰੱਖ ਲੈਂਦੇ ਨੇ ਗੈਪ, ਇੰਨਾ ਕੁ ਮਾਇਨਾ ਰੱਖਦੇ ਆ ਵੀ ਚਲੋ ਪ੍ਰਚਾਰ ਦਲ ਪੰਥ ਹੈ, ਬੜਾ ਵੱਡਾ ਹੈ, ਬੜੀਆਂ ਵੱਡੀਆਂ ਇਹਦੇ 'ਚ ਲਹਿਰਾਂ ਚੱਲਦੀਆਂ ਨੇ, ਸੋ ਉਹ ਲਹਿਰਾਂ ਦੇ ਵਿੱਚੋਂ ਲਹਿਰਾਂ ਬੜੀ ਵੱਡੀ ਇੱਕ ਸੇਵਾ ਹੈ। ਜੇ ਕੋਈ ਜੀਵ ਇੱਥੇ ਬੈਠ ਕੇ ਬਣਾਈ ਤਾਂ ਆਪਾਂ ਵੱਡੇ ਵੱਡੇ ਭਵਨ, ਇਸੇ ਕਰਕੇ ਨਾ ਵੀ ਨਾਮ ਜੇ ਜਪ ਲੈਣਗੇ, ਤਨ ਦੀ ਖੁਰਾਕ ਦੇ ਨਾਲ ਮਨ ਗੁਰ ਚੱਲ ਲੰਗਰ ਚੱਲੇ, ਗੁਰ ਸ਼ਬਦ ਹਰ ਤੋਟ ਨਾ ਵੇ ਖੱਟੀਏ, ਵੀ ਜੇ ਸ਼ਬਦ ਦਾ ਲੰਗਰ ਲੱਗ ਜਾਏਗਾ। ਆਪਾਂ ਅੱਜ ਕੱਲ੍ਹ ਦਾਤੇ ਦੀ ਬੜੀ ਕਿਰਪਾ, ਪੀਜਿਆਂ ਦੇ ਲੰਗਰ ਲਾ ਸਕਦੇ ਹਾਂ, ਬਦਾਮਾਂ ਦੇ ਲਾ ਸਕਦੇ ਹਾਂ, ਪਰ ਆਹ ਕਿਰਪਾ ਕਿਤੇ ਹੋ ਜਾਏ ਨਾ ਵੀ ਸ਼ਬਦ ਦੇ ਲੰਗਰ ਵੀ ਇਸੇ ਤਰ੍ਹਾਂ ਕਿਤੇ ਚੱਲਣ। ਕੌਮ ਤੁਰੀ ਜਾਂਦੀ, ਸ਼ਬਦ ਦਾ ਅਭਿਆਸ ਕਰਦੇ ਜਾ ਰਹੇ ਹਾਂ। ਇੱਕ ਬੱਸ ਜੇਕਰ ਸਾਰੇ ਸਰਦਾਰਾਂ ਦੀ ਭਰੀ ਹੋਵੇਗੀ, ਪਟਿਆਲਿਓ ਅੰਮ੍ਰਿਤਸਰ ਚੜ੍ਹ ਜਾਓ, ਸਾਰੇ ਰਾਹ ਫੋਨ ਚੱਲੇ ਹੁੰਦੇ ਆ ਅਤੇ ਸਾਰੇ ਰਾਹ ਗੱਲਾਂ ਬਾਤਾਂ ਨਹੀਂ, ਅਤੇ ਜੇ ਕਦੇ ਤੁਸੀਂ ਇਹੋ ਜਿਹਾ ਵਕਤ ਵੇਖਿਆ ਬਈ ਕਿ ਕੋਈ ਬੱਸ 'ਚ ਚੜ੍ਹ ਗਿਆ ਹੋਵੋ ਵੀ ਉਹਦੇ ਸਾਰੀ ਰਾਹ ਬਾਣੀ ਚੱਲਦੀ ਗੀ, ਸਿਮਰਨ ਕਰਦੇ ਗੇ ਸਾਰੇ। ਕੋਈ ਰਿਸ਼ਤੇਦਾਰੀ ਤਾਂ ਨਹੀਂ, ਹਰ ਇੱਕ ਸਿੱਖ ਨੂੰ ਮਹਾਰਾਜ ਨੇ ਕਿਹਾ ਵੀ ਸ਼ਬਦ ਦੇ ਨਾਲ ਜੁੜ ਕੇ ਰਹਿਣਾ। ਅਤੇ ਆਪਾਂ ਉਹ ਮਾਹੌਲ ਲਿਆਈਏ, ਆਪਾਂ ਚਲੋ ਪਾਪ ਦੀ ਅੱਗ ਲੱਗੀ ਹੋਈ ਆ, ਕਾਲ ਰੂਪੀ ਬਾਬਰ ਚੜ੍ਹ ਕੇ ਆਇਆ ਹੋਇਆ, ਅਤੇ ਆਪਾਂ ਉਪਰਾਲਾ ਕਰੀਏ ਕਿ ਆਪਣੇ ਬੱਚੇ, ਆਪਣੇ ਪਰਿਵਾਰ, ਆਪਣੇ ਸੰਗੀ ਸਾਥੀ, ਆਪਣੇ ਸ਼ਹਿਰ ਨਗਰ ਕਿਸੇ ਬਹਾਨੇ ਆਪਾਂ ਇਹ ਉਪਰਾਲਾ ਕਰੀਏ ਵੀ ਸ਼ਬਦ ਦੇ ਨਾਲ ਜੁੜ ਜਾਣ, ਗੁਰਬਾਣੀ ਵੱਲ ਆਪਾਂ ਘਰ ਮੁੜ ਵਾਪਸੀ ਕਰੀਏ। ਜੇ ਆਪਾਂ ਗੁਰਬਾਣੀ ਤੋਂ ਟੁੱਟ ਗਏ, ਆਪਣਾ ਕੋਈ ਦੂਜਾ ਵਜੂਦ ਨਹੀਂ ਹੈ, ਆਪਾਂ ਕੋਈ ਪੱਥਰਾਂ ਦੀ ਮੂਰਤੀ ਪੂਜਾ ਵਿੱਚੋਂ ਨਿਕਲੇ ਹੋਏ ਨਹੀਂ ਹਾਂ, ਇਹ ਚੀਜ਼ਾਂ ਖੰਡਨ ਕਰਕੇ ਆਪਾਂ ਨੂੰ ਸਾਜਿਆ ਮਹਾਰਾਜ ਸੱਚੇ ਪਾਤਸ਼ਾਹ ਨੇ, ਮੂਰਤੀ ਪੂਜਾ 'ਚੋਂ ਕੱਢਿਆ। ਜਿਹਨੇ ਮੰਦਰ ਮਸਜਿਦਾਂ ਤੋਂ ਕੱਢਤਾ, ਉਹ ਕਹੇਗਾ ਵੀ ਤੁਸੀਂ ਹੁਣ ਗੁਰਦੁਆਰੇ 'ਚ ਵੜ ਜਾਓ। ਮੰਦਰ ਮਸਜਿਦ ਅਤੇ ਗੁਰਦੁਆਰੇ 'ਚ ਫਾਇਦਾ ਫਰਕ ਕੀ ਹੈ ਦੱਸੋ? ਉਹ ਇੱਕ ਭਵਨ ਬਣਾ ਦਿੱਤੇ ਜਾਂਦੇ ਸੀ, ਪਰ ਉੱਥੇ ਬ੍ਰਹਮ ਦੀ ਵਿਚਾਰ ਨਹੀਂ ਸੀ ਹੁੰਦੀ, ਅਤੇ ਮਹਾਰਾਜ ਕਹਿੰਦੇ ਐਸੇ ਭਵਨ ਦਾ ਫਾਇਦਾ ਕੀ, ਇੱਥੇ ਤੁਸੀਂ ਕੋਈ ਸੱਚ ਦੀ ਵਿਚਾਰ ਤਾਂ ਕਰਦੇ ਨਹੀਂ। ਗੁੰਬਦ ਸੀ ਮਸਜਿਦਾਂ 'ਤੇ, ਮੰਦਰ ਬਣਾਏ ਗਏ। ਮੰਦਰ ਮਸਜਿਦ ਤੋਂ ਬਾਹਰ ਕਿਉਂ ਕੱਢਿਆ? ਇਹ ਤਾਂ ਉਹਨਾਂ ਨਾਲ ਕੋਈ ਵੈਰ ਨਹੀਂ ਸੀ, ਉਹ ਕਹਿੰਦੇ ਕੋ ਜਦੋਂ ਗੁਰੂ ਨਾਨਕ ਦੇਵ ਜਗਨਨਾਥਪੁਰੀ ਗਏ, ਉਹ ਕਹਿੰਦੇ ਤੁਹਾਡੇ ਕੋਲ ਇੱਥੇ ਸੰਗਤ ਬੜੀ ਹੈ, ਮਾਲਕ ਦੀ ਦਇਆ ਬੜੀ ਬੜੀ ਹੈ, ਅਤੇ ਸਾਨੂੰ ਵੀ ਕੋਈ ਸੱਚ ਦੀ ਵਿਚਾਰ ਕਰ ਲੈਣ ਦਿਓ, ਬ੍ਰਹਮ ਦੀ ਵਿਚਾਰ ਕੋਈ ਨਾਮ ਜਪਾ ਲਈਏ। ਅਤੇ ਉਹ ਕਹਿੰਦਾ ਇੱਥੇ ਕੋਈ ਇਹੋ ਜਿਹੀ ਵਿਚਾਰ ਵਿਚੂਰ ਨਹੀਂ ਚੱਲਦੀ, ਇੱਥੇ ਸਾਡੀ ਮਰਿਆਦਾ ਚੱਲਦੀ ਆ, ਜੋ ਮਰਿਆਦਾ 'ਚ ਅਸੀਂ ਕਰਨੇ ਹਾਂ ਉਹਦਾ ਲਾਹਾ ਲੈ ਲੈਣੀ, ਤਾਂ ਆਪਦਾ ਚਲੋ ਬਾਹਰ ਜਾਓ। ਜਗਨਨਾਥਪੁਰੀ ਗਏ ਨਾ, ਇਹੀ ਗੱਲ ਹੋਈ ਨਾ। ਮੱਕੇ ਗਏ, ਮੱਕੇ ਕਹਿੰਦੇ ਇੱਥੇ ਤੁਹਾਡੀ ਸੰਗਤ ਬੜੀ ਆ, ਬੜੀ ਕਿਰਪਾ, ਮੈਨੂੰ ਵੀ ਕੋਈ ਸ਼ਬਦ ਦੀ ਵਿਚਾਰ ਕਰ ਲੈਣ ਦਿਓ। ਮਰਿਆਦਾ ਤਾਂ ਸਾਰੀ ਜਗ੍ਹਾ ਚੱਲਦੀਆਂ ਸੀ, ਉਦੋਂ ਵੀ ਚੱਲਦੀਆਂ, ਅੱਜ ਵੀ ਚੱਲਦੀਆਂ,
ਤੇ ਉਹ ਜਦੋਂ ਗਏ ਫਿਰ ਉਹ ਆਪਾਂ ਦੇਖਦੇ ਹਾਂ ਵੀ ਮਹਾਰਾਜ ਕਹਿੰਦੇ ਫਿਰ ਐਸੇ ਮੰਦਿਰ ਦਾ ਫਾਇਦਾ ਕੀ ਵੀ ਜਿੱਥੇ ਸੱਚ ਦੀ ਵਿਚਾਰ ਨਹੀਂ ਤੁਸੀਂ ਮਰਿਆਦਾ ਹੀ ਚਲਾਉਣੀ ਤੇ ਚਲਾਈ ਚੱਲੋ ਫਿਰ ਮਰਿਆਦਾ, ਫਿਰ ਇਹ ਮੰਦਿਰ ਕਾਹਦਾ ਹੋਇਆ? ਮੰਦਿਰ ਤਾਂ ਉਹ ਸੀ ਨਾ ਜਿਹੜੇ ਮਨ ਦਾ ਅੰਦਰ ਵਿਖਾ ਦੇਵੇ, ਮੰਦਿਰ ਮਨ ਦਾ ਅੰਦਰ ਵਿਖਾਵੇ, ਜਿੱਥੇ ਬੈਠ ਕੇ ਮਨ ਦਾ ਆਪਾ ਬੁੱਝ ਗਏ ਉਹ ਮੰਦਿਰ ਹੈ। ਇਹ ਕਾਹਦਾ ਮੰਦਿਰ ਹੈ? ਇਹ ਤਾਂ ਤੁਹਾਡਾ ਮੰਦਿਰ ਹੈ, ਤੁਹਾਡਾ ਮਨ ਵਿਖਾਉਂਦਾ ਪਿਆ ਵੀ ਇੱਥੇ ਆਹ ਮਰਿਆਦਾ ਜੀ, ਇੱਥੇ ਆਹ ਮਰਿਆਦਾ, ਚੱਲੀ ਜਾਂਦੀ। ਅੱਜ ਆਪਣੇ ਮਨ ਦਾ ਅੰਦਰ ਵੇਖਣ ਗੁਰਦੁਆਰੇ ਹੋਏ, ਸੋਝੀ ਪਾਈ ਸੀ, ਗੁਰੂ ਦੇ ਦਰ ਤੇ ਬੈਠ ਕੇ ਜਿੱਥੇ ਸੋਝੀ ਮਿਲੇ ਉਹ ਗੁਰਦੁਆਰਾ ਹੈ, ਜਿੱਥੇ ਚਲਾਉਣੀ ਇਕੱਲੀ ਮਰਿਆਦਾ ਹੈ ਸੋਝੀ ਆਵੇ ਨਾ। ਸਾਨੂੰ ਇਹੀ ਮਕਸਦ ਹੈ, ਸੰਗਤ ਆ ਰਹੀ ਜਾ ਰਹੀ ਆਪਾਂ ਕਿਲਣਾ। ਉਹ ਫਿਰ ਉਹ ਮੰਦਿਰ ਦੇ ਪੁਜਾਰੀ ਨੂੰ ਰਾਤ ਨੂੰ ਵਿਸ਼ਨ ਭਗਵਾਨ ਜੀ ਨੇ ਦਰਸ਼ਨ ਦਿੱਤੇ। ਉਹ ਆਉਂਦੇ ਵੀ ਜਿਹਨੇ ਮੇਰੀ ਗੱਲ ਸੁਣਾਉਣੀ ਸੀ ਉਹਨੂੰ ਤੁਸੀਂ ਬਾਹਰ ਪਾ ਛੱਡਿਆ, ਉਹਨੂੰ ਤੁਸੀਂ ਨਦੀ ਦੀ ਘਾਟ 'ਤੇ ਪਾ ਛੱਡਿਆ, ਅਤੇ ਤੂੰ ਮੇਰੀ ਕਾਹਦੀ ਸੇਵਾ ਕਰਦਾ, ਸੇਵਾ ਪ੍ਰਵਾਨ ਨਹੀਂ। ਗਿਆ ਮਹਾਰਾਜ ਕੋਲ, ਜਾ ਕੇ ਚਰਨ ਫੜ ਲੈ, ਕੋਈ ਆਦਿ ਪੁਰਸ਼ ਆਇਆ ਹੈ, ਕੋਈ ਬ੍ਰਹਮ ਪੁਰਸ਼ ਆਇਆ ਹੈ, ਆ ਕੇ ਕਰੋ ਜੀ ਵਿਚਾਰ, ਦਿਓ ਸੰਦੇਸ਼ਾ। ਅਤੇ ਜਦੋਂ ਮੱਕੇ ਜਿਹਦੇ ਜਿੱਥੇ ਜਾ ਕੇ ਮੱਕਾ ਕਰਨਾ ਸੀਗਾ, ਪਵਿੱਤਰ ਕਰਨਾ ਸੀ, ਉਹ ਮੱਕਾ ਘੁੰਮ ਗਿਆ ਜਦੋਂ, ਫਿਰ ਫੜ ਲੈ ਚਰਨ ਵੀ ਆਹ ਗੱਲ ਤਾਂ ਅਸਲ ਤਾਂ ਇੱਥੇ ਆ ਸੀ, ਹੁਣ ਆਪਾਂ ਨਾ ਉਹ ਕੰਮ ਕਰੀਏ। ਗੁਰੂ ਘਰ ਬਣੇ ਨੇ ਗੁਰੂ ਦੀ ਉਸਤਤ ਲਈ, ਸ਼ਬਦ ਅਭਿਆਸ ਕਰਨ ਦੇ ਲਈ, ਹਰ ਤਰ੍ਹਾਂ ਦੀ ਵਿਚਾਰ ਚੱਲੇ। ਇਤਿਹਾਸ ਵੀ ਜ਼ਰੂਰੀ ਹੈ, ਸ਼ਬਦ ਦਾ ਜਾਪ ਵੀ ਜ਼ਰੂਰੀ ਹੈ, ਕੀਰਤਨ ਵੀ ਜ਼ਰੂਰੀ ਹੈ, ਕਰਾਮਾਤਾਂ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ, ਤਾਂ ਕਿ ਉਤਸ਼ਾਹ ਬਣੇ ਵੀ ਇੰਨੀਆਂ ਇੰਨੀਆਂ ਕਰਾਮਾਤਾਂ ਗੁਰੂ ਸਾਹਿਬ ਦੇ ਸਿੱਖਾਂ ਦੇ ਨਾਲ ਵਰਤਦੀਆਂ ਰਹੀਆਂ। ਗੁਰਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਨਿਤਨੇਮ ਵੀ ਜ਼ਰੂਰੀ ਹੈ। ਇਹ ਦਲ ਪੰਥ ਹੈ, ਇੱਕ ਰੁੱਖ ਹੈ, ਰੁੱਖ ਦੀਆਂ ਬੜੀਆਂ ਟਾਹਣੀਆਂ ਨੇ, ਕੋਈ ਕਿਸੇ ਟਾਹਣੀ ਦੇ ਉੱਪਰ ਬੈਠਾ, ਕੋਈ ਕਿਸੇ ਟਾਹਣੀ ਦੇ ਉੱਪਰ ਬੈਠਾ, ਫਲ ਇੱਕ ਹੈ। ਸੇਬ ਦਾ ਰੁੱਖ ਹੈ, ਕੇਲੇ ਦਾ ਰੁੱਖ ਹੈ, ਇਹ ਤਾਂ ਨਹੀਂ ਵੀ ਸੇਬ ਦੇ ਰੁੱਖ 'ਤੇ ਐਸ ਟਾਹਣੀ 'ਤੇ ਕੇਲੇ ਲੱਗ ਗਏ, ਐਸ 'ਤੇ ਜਾ ਕੇ ਸ਼ਕਰਕੰਦੀਆਂ ਲੱਗ ਗਈਆਂ। ਰੁੱਖ ਇੱਕ ਹੈ ਜੀ, ਫਲ ਇੱਕ ਹੈ, ਟਾਹਣ ਵੱਖਰੇ, ਪੱਤੇ ਵੱਖਰੇ ਆ, ਕੋਈ ਟਾਹਣ ਕਿਵੇਂ ਦਾ, ਕੋਈ ਕਿਵੇਂ ਦਾ। ਇਸੇ ਤਰ੍ਹਾਂ ਇੱਕ ਟਾਹਣ ਇਤਿਹਾਸ ਦਾ, ਇੱਕ ਸ਼ਬਦ ਦੀ ਵਿਚਾਰ ਦਾ, ਇੱਕ ਗੁਰਬਾਣੀ ਦਾ, ਰੁੱਖ ਇੱਕ ਹੈ, ਫਲ ਇੱਕ ਹੈ, ਛਾਂ ਇੱਕ ਹੈ। ਜਦੋਂ ਇਸ ਤਰ੍ਹਾਂ ਗੱਲ ਖੇਡ ਚੱਲ ਪਈ, ਫਿਰ ਹੋ ਜਾਏਗਾ, ਹੋਵੇਗਾ ਤਾਂ ਜਦੋਂ ਆਪਾਂ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ। ਆਪਾਂ ਵੀ ਹੁਣ ਜ਼ਿਆਦਾ ਬਾਹਰ ਦੇ ਨਾਲ ਨਾ ਜੁੜੀਏ, ਆਪਾਂ ਅੰਦਰਲੇ ਤੀਰਥ ਜਿੱਥੇ ਅਨਹਦ ਸ਼ਬਦ ਦੀ ਆਵਾਜ਼ ਚੱਲ ਰਹੀ ਹਰ ਵਕਤ। ਮਨ ਵਿਧਿਆ ਦਿਆਲ ਸੇਤੀ ਮੇਰੀ ਮਾਈ, ਮਨ ਵਿੰਨਿਆ ਜਾਵੇ ਸਾਡਾ ਦਿਆਲ ਦੇ ਲਈ, ਸ਼ਬਦ ਅਨਾਹਦ ਬਾਣੀ ਦੇ ਲਈ। ਜੋ ਅੰਦਰ ਹਰ ਵਕਤ ਸ਼ਬਦ ਦਾ ਸੋਹਿਲਾ ਚੱਲ ਰਿਹਾ ਸਾਡੇ ਅੰਦਰ, ਇਹ ਸੋਹਿਲਾ ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿਨਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ। ਉਹ ਸ਼ਬਦ ਦੇ ਸੋਹਿਲੇ ਨਾਲ ਜੁੜੀਏ, ਮਨ ਦਾ ਅੰਦਰ ਵੇਖੀਏ, ਮਨ ਦੇ ਅੰਦਰ ਨੂੰ ਵੇਖ ਕੇ ਮਨ ਨੂੰ ਮੰਦਰ ਬਣਾਈਏ। ਸੋ ਆਓ ਗੁਰਮੁਖ ਪਿਆਰਿਓ, ਫਿਰ ਆਪਾਂ ਸ਼ਬਦ ਦਾ ਅਭਿਆਸ ਕਰੀਏ। ਵਾਰ ਵਾਰ ਆਪਾਂ ਜਦੋਂ ਸਿਮਰਨ ਕਰਾਂਗੇ, ਕਿਉਂਕਿ ਮਹਾਰਾਜ ਨੇ ਕੀ ਕਿਹਾ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਵਾਰ ਵਾਰ ਜਪੋ। ਜਿੰਨਾ ਜਪੋਗੇ ਮਨ ਦ੍ਰਿੜ ਹੋਏਗਾ, ਦ੍ਰਿੜ ਹੋਏਗਾ ਅੰਦਰੋਂ ਅਨਹਦ ਬਾਣੀ ਦੇ ਜਿਹੜੇ ਕ੍ਰਿਸ਼ਮੇ ਚੱਲਣਗੇ, ਖਜ਼ਾਨੇ ਖੁੱਲਣਗੇ, ਕਿਉਂ ਨਾ ਖੁੱਲਣਗੇ। ਤਰੀਕੇ ਨਾਲ ਚੱਲਾਂਗੇ, ਰਸ ਵੀ ਆਊਗਾ, ਅਨਹਦ ਬਾਣੀ ਵੀ ਚੱਲੇਗੀ, ਸਾਰਾ ਖੇਡ ਚੱਲੇਗਾ। ਆਹ ਜ਼ਰੂਰ ਆਪਾਂ ਕੰਮ ਕਰਨਾ, ਜਿਵੇਂ ਮਰਜ਼ੀ ਕਰੋ। ਆਪਾਂ ਔਖੇ ਸੌਖੇ ਹੋ ਕੇ ਬੱਚਿਆਂ ਨੂੰ ਕੋਨਵੈਂਟ ਸਕੂਲਾਂ 'ਚ ਪੜ੍ਹਾਉਂਦੇ ਹਾਂ, ਬੜੇ ਉੱਚੇ ਸਕੂਲਾਂ 'ਚ ਪੜ੍ਹਾਉਂਦੇ ਹਾਂ, ਵਿਦੇਸ਼ ਵੀ ਭੇਜਦੇ ਹਾਂ, ਉਹਨਾਂ ਦਾ ਵਿਛੋੜਾ ਵੀ ਸਹਿੰਦੇ ਹਾਂ, ਖਰਚਾ ਵੀ ਸਹਿੰਦੇ ਹਾਂ, ਪਰ ਆ ਬਾਣੀ ਦੇ ਨਾਲ ਬੱਚਿਆਂ ਨੂੰ ਜ਼ਰੂਰ ਜੋੜੀਏ। ਆਪਾਂ ਬੱਚਿਆਂ ਨੂੰ ਗੁਰਬਾਣੀ ਪੜ੍ਹਨ 'ਤੇ ਲਾਈਏ। ਬਾਣੀ ਪੜ੍ਹਨ ਤੋਂ ਜੇ ਤੁਸੀਂ ਬੱਚੇ ਤੋੜੋਗੇ, ਤੁਸੀਂ ਆਪ ਤੋਂ ਵੀ ਤੋੜ ਲਓਗੇ ਅਤੇ ਗੁਰੂ ਤੋਂ ਤਾਂ ਤੋੜ ਹੀ ਲਏ ਆ। ਜਿਨ੍ਹਾਂ ਨੂੰ ਅੱਜ ਤੁਸੀਂ ਗੁਰੂ ਨਾਲੋਂ ਤੋੜਦੇ ਪਏ ਹੋ, ਉਹ ਤੁਹਾਡੇ ਨਾਲ ਵੀ ਕੱਲ੍ਹ ਨੂੰ ਟੁੱਟ ਜਾਣਗੇ।
ਕਿਵੇਂ ਟੁੱਟਣਗੇ? ਉਹਨਾਂ 'ਚ ਸਹਿਜ ਹੈ ਨਹੀਂ, ਉਹ ਲੜਾਈ ਕਰਨਗੇ ਤੁਹਾਡੇ ਨਾਲ, ਵੱਡੇ ਹੋ ਕੇ ਤੁਹਾਡੇ ਕਹੇ 'ਚ ਨਹੀਂ ਚੱਲਣਗੇ। ਉਹਨੂੰ ਕੀ ਹਵਾਲਾ ਦਿਓਗੇ ਵੀ ਤੂੰ ਮੇਰੀ ਰਿਸਪੈਕਟ ਕਰ? ਜਿਹਨੇ ਬਣੀ ਵਚਨ ਪੜ੍ਹਿਆ ਹੋਵੇਗਾ, ਜਿਹਨੇ ਬਾਣੀ ਪੜ੍ਹੀ ਹੋਵੇਗੀ, ਉਹਨੂੰ ਕਹਿਣ ਜੋਗੇ ਤਾਂ ਹੋ ਜਾਓਗੇ ਕਿ ਉਹ ਭਲਿਆ ਫਰੀਦ ਸਾਹਿਬ ਤੈਨੂੰ ਕੀ ਕਹਿੰਦੇ ਤੂੰ ਫਿਰ ਭੁੱਲ ਗਿਆ, ਕਬੀਰ ਸਾਹਿਬ ਤੈਨੂੰ ਕੀ ਕਹਿੰਦੇ ਤੂੰ ਫਿਰ ਭੁੱਲ ਗਿਆ, ਗੁਰੂ ਨਾਨਕ ਨੇ ਬਾਣੀ 'ਚ ਕੀ ਕਿਹਾ ਤੂੰ ਫਿਰ ਭੁੱਲ ਗਿਆ, ਜਿਹਨੇ ਪੜ੍ਹੀ ਨਹੀਂ ਉਹਦਾ ਨਾ ਮੈਨੂੰ ਤੇਰੀ ਬਾਣੀ ਦਾ ਪਤਾ ਅਤੇ ਨਾ ਤੇਰਾ ਪਤਾ, ਤੂੰ ਆਪਦਾ ਵੇਖ ਅਤੇ ਮੈਂ ਆਪਦਾ ਦੇਖਦਾ। ਪੈਸਾ ਦ੍ਰਿੜ ਕਰਾਇਆ, ਹੁਣ ਮੈਂ ਪੈਸਾ ਕਮਾਵਾਂ ਤੈਨੂੰ ਵੇਖਾਂ, ਮੈਂ ਆਪਦੀ ਜੋਬ ਲਾਵਾਂ ਕਿ ਤੈਨੂੰ ਰੋਟੀ ਖਵਾਵਾਂ? ਠੀਕ ਹੈ ਨਾ ਜੀ, ਇਵੇਂ ਹੀ ਹੁੰਦਾ ਨਾ ਵਿਦੇਸ਼ਾਂ ਦੇ ਵਿੱਚ। ਹੁਣ ਤਾਂ ਲੱਗ ਗਿਆ ਹਸਬੈਂਡ ਵਾਈਫ ਨੂੰ, ਉਹ ਆਉਂਦੇ ਉਹ ਚਲੇ ਜਾਂਦੇ, ਉਹ ਆਉਂਦੇ ਉਹ ਚਲੇ, ਅਤੇ ਇਸੇ ਤਰ੍ਹਾਂ ਸਾਰਾ ਸਾਰੀ ਉਮਰ ਨਿਕਲ ਜਾਂਦੀ ਹੈ। ਹਾਂਜੀ, ਇਸਤਰੀ ਪੁਰਖ ਹੈ, ਖਟਕੇ ਪਾਓ, ਭਾਵੇਂ ਆਓ ਭਾਵੇਂ ਜਾਓ, ਆਹਦਾ ਪੈਸੇ ਨਾਲ ਮਤਲਬ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਲਯੁੱਗ 'ਚ ਐਸੇ ਸਮਾਂ ਆਵੇਗਾ ਇਸਤਰੀ ਪੁਰਖ ਦਾ ਰਿਸ਼ਤਾ ਰਹਿ ਜਾਏਗਾ ਵੀ ਸਿਰਫ ਪੈਸਾ ਕਮਾਉਣਾ, ਭਾਵੇਂ ਤੂੰ ਆ ਭਾਵੇਂ ਜਾ, ਤੇਰੇ ਨਾਲ ਕੋਈ ਮੇਰਾ ਮਕਸਦ ਨਹੀਂ। ਆਤ ਗਿਆ ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਜਿੰਨ ਜੰਮਣੇ ਆ ਕਲਯੁੱਗ ਦੇ ਵਿੱਚ। ਜਿੰਨ ਕੀ ਹੁੰਦਾ? ਦੁੱਧ ਦਬੜੀ ਕਰਦਾ, ਉਹਨਾਂ ਦੀ ਦੇਖ ਵੀ ਜਿੰਨ ਵਰਗੀ ਹੋਵੇਗੀ। ਜਿੰਨ ਆਪਾਂ ਤੁਸੀਂ ਦੇਖਿਆ ਨਾ ਪੁਰਾਣੀਆਂ ਫਿਲਮਾਂ ਦੇ ਵਿੱਚ, ਆਪਾਂ ਨੂੰ ਦਿਖਾਉਂਦੇ ਹੁੰਦੇ ਸੀ ਉਹ ਇਸ ਤਰ੍ਹਾਂ ਇੰਨੀ ਗਵਾਲ, ਇੱਥੋਂ ਉਹਦੇ ਵਾਲ ਖੜੇ ਕਰ ਦਿੰਦੇ ਅਤੇ ਇੱਥੋਂ ਬੁਰੇ ਹਾਲ, ਉਹਦਾ ਸਾਰਾ ਸਰੀਰ ਨੰਗਾ, ਉਹੀ ਹੁਣ ਲੱਗ ਪਿਆ। ਹੁਣ ਤੁਸੀਂ ਦੇਖੋ ਸੜਕਾਂ 'ਤੇ ਆਮ ਮਿਲ ਜਾਂਦੇ ਆ ਇਸ ਤਰ੍ਹਾਂ ਉੱਪਰ ਨੂੰ ਕੀਤੇ ਡਰਾਉਣੇ ਜਿਹੇ ਚਿਹਰੇ ਬਣਾਏ। ਕਲੀ ਅੰਦਰ ਨਾਨਕਾ, ਜਿੰਨਾਂ ਦਾ ਅਵਤਾਰ। ਫਿਰ ਆਹਦਾ ਕਿਹੜਾ ਕਿਹੜਾ ਜਿੰਨ ਬਣੂ? ਆਹਦਾ ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾ। ਪੁੱਤ ਜਿੰਨ ਛੋਟਾ, ਧੀ ਵੀ ਜਿੰਨ, ਅਤੇ ਉਹਨਾਂ ਦੀ ਅਗਵਾਈ ਉਹਨਾਂ ਦੀ ਮਾਂ ਕਰੇਗੀ। ਜੋਰੂ ਜਿੰਨਾਂ ਦਾ ਸਿਕਦਾਰ, ਅਤੇ ਉਹਨਾਂ ਦੀ ਕਰਨੀ ਵੀ ਜਿੰਨਾਂ ਵਾਲੀ, ਦੇਖ ਵੀ ਜਿੰਨਾਂ ਵਾਲੀ। ਦੂਰੋਂ ਵੇਖ ਕੇ ਭੈ ਆ ਜਾਂਦਾ ਵੀ ਆਹ ਕਿ ਤੁਰਿਆ ਆਉਂਦਾ ਬੰਦਾ, ਕਿੱਥੇ ਗੁਰੂ ਸਾਹਿਬ ਨੇ ਦਾੜੇ ਪ੍ਰਕਾਸ਼ ਕਰਾਏ, ਐਡੇ ਐਡੇ ਸੋਹਣੇ ਦੁਮਾਲੇ ਬਣਾ ਕੇ। ਵੇਖੋ ਮਨ ਦੀ ਸਿੱਖੀ ਦਿੱਤੀ, ਤਨ ਦੇ ਵੀ ਚੋਲੇ ਦਿੱਤੇ ਵੀ ਆਹ ਚੋਲੇ ਪਾਉਣੇ, ਇਸ ਤਰ੍ਹਾਂ ਸ਼ਸਤਰਾਂ ਨਾਲ ਲੈਸ ਰਹਿਣਾ, ਬ੍ਰਹਮ ਗਿਆਨ ਨਾਲ ਲੈਸ ਰਹਿਣਾ, ਜਿਹਨੂੰ ਬੋਲਣਾ ਬ੍ਰਹਮ ਗਿਆਨ ਸੁਣਾਉਣਾ, ਰੱਬ ਦੀ ਗੱਲ ਸੁਣਾਉਣੀ, ਤੁਸੀਂ ਹੋਰ ਨਹੀਂ ਕੋਈ ਗੱਲ ਕਰਨੀ। ਮੁੱਖ ਵਿੱਚ ਸ਼ਬਦ ਦੀ ਐਂ ਜੀਵਾ ਦੇ ਉੱਪਰ ਮਣੀ ਟਿਕਾ ਕੇ ਰੱਖਣੀ ਹੈ ਗੁਰਮੰਤਰ ਦੀ। ਸਜਦਾ ਹੋਵੇ ਖਾਲਸਾ, ਤੁਰਿਆ ਹੋਂਦਾ ਪਤਾ ਲੱਗੇ, ਸ਼ਸਤਰਾਂ ਨਾਲ ਲੈਸ, ਸੁੰਦਰ ਦਮਾਲੇ, ਸੁੰਦਰ ਚੋਲੇ, ਐਂ ਬਿਲਕੁਲ ਕੱਦ ਕਾਠ, ਸੋਹਣੀਆਂ ਖੁਰਾਕਾਂ ਦਿੱਤੀਆਂ, ਖਾਣ ਦਾ ਵੀ ਦੱਸਿਆ ਵੀ ਸਰਬਲੋ ਦੇ ਵਿੱਚ ਖਾਇਓ, ਆਹ ਖੁਰਾਕਾਂ ਖਾਇਓ, ਇਸ ਤਰ੍ਹਾਂ ਬਣਾ ਕੇ ਖਾਇਓ। ਆਹ ਅੱਜ ਕਰੋਨੇ 'ਚ ਮੂੰਹ ਢੱਕਣ ਲੱਗੇ ਖਾਲਸੇ ਨੂੰ ਤਾਂ ਪਹਿਲਾਂ ਤੋਂ ਹੀ ਆ, ਤੁਸੀਂ ਦੇਖੋ ਪੁਰਾਤਨ ਖਾਲਸਾ ਸਾਰੇ ਮੂੰਹ ਢੱਕ ਕੇ ਰੱਖਦੇ ਆ। ਬਿਮਾਰੀਆਂ ਤੋਂ ਕਿਵੇਂ ਬਚਣਾ, ਖਾਣਾ ਕਿਵੇਂ ਆ, ਪਹਿਨਣਾ ਕਿਵੇਂ ਆ, ਬੋਲਣਾ ਕੀ ਆ, ਬ੍ਰਹਮ ਗਿਆਨ ਕੀ ਆ, ਸ਼ਬਦ ਕੀ ਏ, ਹਰ ਤਰ੍ਹਾਂ ਦੇ ਨਾਲ ਲੈਸ ਦਿੱਤਾ। ਨਾਲੇ ਸਾਨੂੰ ਪਤਾ ਖਾਲਸਾ 31 ਮਾਰਚ 1699 ਦੇ ਵਿੱਚ ਸਾਜਿਆ ਗਿਆ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ। ਚਲੋ ਕੈਲੰਡਰ ਦੀ ਹੇਰ ਫੇਰ ਆ, ਜੋ 13 ਅਪ੍ਰੈਲ ਆ ਗਈ, 14 ਅਪ੍ਰੈਲ ਆ ਗਈ, ਉਹ ਵੱਖਰੀ ਗੱਲ ਆ। ਸਾਨੂੰ ਪਤਾ ਤਾਂ ਹੈਗਾ ਨਾ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਸਾਨੂੰ ਪਤਾ ਤਾਂ ਹੈਗਾ ਨਾ ਸਾਡਾ ਪਿਤਾ ਕੌਣ, ਸਾਡਾ ਦਾਦਾ ਕੌਣ, ਸਾਡਾ ਪੜਦਾਦਾ ਕੌਣ, ਸਾਡਾ ਨਗਰ ਦਾਦਾ ਕੌਣ, ਸਾਡਾ ਬ੍ਰਹਮ ਪੁਰਖ ਕੌਣ ਸੀ। ਅਤੇ ਸਾਰੇ ਦਾੜੇ ਸਜਾਏ, ਬੜੇ ਵਧੀਆ ਕਿਰਪਾ ਕਰਤੀ ਸਤਿਗੁਰਾਂ ਨੇ, ਘੋੜੇ ਬਖਸ਼ੇ, ਜ਼ਮੀਨਾਂ ਜਦਾਤਾਂ ਦਿੱਤੀਆਂ, ਬੰਦੇ ਸਿੰਘ ਬਹਾਦਰ ਅੱਗੇ ਨੇ, ਅਤੇ ਕਿੰਨਾ ਸੋਹਣਾ ਦਲ ਪੰਥ ਬਣਾ ਕੇ ਦਿੱਤਾ, ਸਾਰਾ ਪੰਜਾਬ ਜਿੱਤ ਕੇ ਦੇਤਾ। ਉਸ ਪੰਜਾਬ ਦੇ ਵਿੱਚ ਪਹਾੜ ਵੀ ਸੀਗੇ, ਉਸ ਪੰਜਾਬ ਦੇ ਵਿੱਚ ਨਦੀਆਂ ਵੀ ਸੀਗੀਆਂ, ਉਹਦੇ ਵਿੱਚ ਰੇਗਿਸਤਾਨ ਵੀ ਸੀ, ਉਹਦੇ 'ਚ ਜੰਗਲ ਵੀ ਸੀ, ਸਭ ਕੁਝ ਦਿੱਤਾ ਆਪਾਂ ਨੂੰ। ਕਿੰਨੇ ਪਹਾੜ ਦਿੱਤੇ ਆਪਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ, ਕਿੰਨੀਆਂ ਨਦੀਆਂ ਦਿੱਤੀਆਂ ਆਪਾਂ ਨੂੰ, ਕਿੰਨਾ ਜੰਗਲ ਦਿੱਤਾ ਵੀ ਔਖਦ ਊਖਦ ਬਣਾਉਣੀ ਹੋਵੇ ਦਵਾਈਆਂ ਬੂਟੀਆਂ ਸਭ ਇੱਥੋਂ ਬਣਾਈ ਜਾਇਆ ਜੇ, ਅਤੇ ਅੱਜ ਆਪਣੇ ਕੋਲ ਕੀ ਰਿਹਾ? ਉੱਧਰੋਂ ਵੀ ਗਏ, ਇੱਧਰੋਂ ਵੀ ਗਏ, ਇੱਧਰੋਂ ਵੀ ਗਏ, ਅਤੇ ਸਾਰੇ ਪਾਸੋਂ ਗਏ।
ਨਾ ਕੋਈ ਪਹਾੜ ਰਹਿ ਤੇ ਨਾ ਜੰਗਲ ਰਹਿ ਤੇ ਨਾ ਕੋਈ ਰਹਿ ਤੇ ਸਾਡੇ ਜਿਹੜੇ ਬੱਚੇ ਆ ਸਾਡੀਆਂ ਔਲਾਦਾਂ ਕਿਉਂ ਆ? ਮਹਾਰਾਜ ਦੀ ਬਾਣੀ ਛੱਡੀ ਆ ਜੀ, ਬਿਲਕੁਲ ਸ਼ਬਦ ਦੀ ਤਾਕਤ ਛੱਡਤੀ, ਬਾਹਰੋਂ ਤਾਕਤ ਜਮੈਸ਼ ਕਰਦੇ ਆ। ਦੁਸ਼ਮਣ ਇੰਨਾ ਸਖਤ ਹੈ, ਇੰਨਾ ਤਾਕਤਵਰ ਹੈ, ਉਹ ਬਹੁਤ ਉਹਦੇ ਕੋਲ ਤਾਕਤ ਆ। ਦੁਸ਼ਮਣ ਕੋਲ ਦੁਨਿਆਵੀ ਤਾਕਤ ਹੈ, ਉਹਦੇ ਚ ਆਪਾਂ ਪੂਰਾ ਨਹੀਂ ਲੈ ਸਕਦੇ। ਗੁਰੂ ਸਾਹਿਬ ਨੇ ਸ਼ਸਤਰ ਦੇ ਸਿਰ ਤੇ ਸ਼ਸਤਰ ਤਾਂ ਜਹਾਂਗੀਰ ਕੋਲ ਬਹੁਤ ਸੀਗੇ। ਔਰੰਗਜ਼ੇਬ ਦੀ ਫੌਜ ਕਿੰਨੀ, 10 ਲੱਖ ਬੰਦਾ ਸ਼ਸਤਰਾਂ ਨਾਲ ਲੈਸ ਸੀਗਾ। ਸ਼ਸਤਰ ਤਾਂ ਸ਼ਸਤਰਾਂ ਦੇ ਸਿਰ ਤੇ ਉਹਨਾਂ ਤੇ ਜਿੱਤੀ ਜਾਂਦੀ ਆ ਦੁਨੀਆ। 10 ਲੱਖ ਬੰਦਾ ਦਿੱਲੀਓਂ ਆਉਂਦਾ ਪਿਆ, ਇੰਨੀ ਉਹਨਾਂ ਦੀ ਮੁਸਤੈਦੀ ਹੈ ਵੀ ਕੋਈ ਫਰਾਰ ਨਹੀਂ ਹੋ ਸਕਦਾ। ਪਿੰਡ ਪਿੰਡ ਉਹਨਾਂ ਦੇ ਪਹਿਰੇ ਨੇ, ਬਾਕੀ ਜੋ ਪਹਾੜੀ ਰਾਜੇ ਸੀਗੇ ਹੋਰ ਸੀਗੇ, ਇਹਨਾਂ ਦੀ ਫੌਜਾਂ ਵੱਖਰੀਆਂ। ਇੰਨਾ ਸਾਰਿਆਂ ਦੇ ਕੋਲ ਸ਼ਸਤਰ ਲੈਸ, ਪੈਸੇ ਨਾਲ ਭਰਪੂਰ, ਰਾਜ ਦੀ ਤਾਕਤ, ਆਪਾਂ ਕਹਿੰਦੇ ਵੀ ਸ਼ਸਤਰਾਂ ਦੇ ਸਿਰ ਤੇ। ਸ਼ਸਤਰ ਤਾਂ ਅੱਗੋਂ ਉਹਨਾਂ ਕੋਲ ਦੁੱਗਣੇ ਕੀ, ਉਹਨਾਂ ਦੇ ਕੋਲ ਤਾਂ 100 ਗੁਣੇ ਸੀ ਆਪਣੇ ਤੋਂ ਜ਼ਿਆਦਾ ਸ਼ਸਤਰ। ਸ਼ਸਤਰਾਂ ਦੇ ਸਿਰ 'ਤੇ ਕੋਈ ਰਾਜ ਦਿੱਤੇ ਜਾਂਦਾ ਨਹੀਂ। ਜਿਹੜੀ ਗੱਲ ਅੱਜ ਲਕੋਤੀ ਕਾਲ ਨੇ, ਮਾਇਆ ਨੇ, ਕੁੜ ਦੀਆਂ ਸਰਕਾਰਾਂ ਨੇ, ਗੁਰੂ ਗੋਬਿੰਦ ਸਿੰਘ ਜੀ ਸ਼ਬਦ ਨਾਲ ਲੈਸ, ਉਹਨਾਂ ਦੀ ਤੇਗ ਵਿੱਚ ਉਹਨਾਂ ਨੂੰ 100 ਤੇਗਾਂ ਵਰਗੀ ਤਾਕਤ ਵੇਖਦੀ ਹੈ। ਉਹ ਸ਼ਰਾਬਾਂ ਪੀ ਪੀ ਕੇ ਲੜਦੇ ਸੀਗੇ ਤੇ ਇੱਧਰੋਂ ਸ਼ਬਦ ਦੀ ਤਾਕਤ ਦੇ ਨਾਲ ਤੇਗ ਚੱਲਦੀ ਸੀ। ਤੇਗ ਉਹੀ ਹੈ ਤੇ ਪਰ ਉਹ ਨਮੋ ਸ਼ਸਤਰ ਸ਼ਸਤਰੰ, ਉਹਦੇ ਵਿੱਚ ਤੇਗ ਨੂੰ ਸਿੱਧ ਕਰਕੇ ਪ੍ਰਕਾਸ਼ ਚੱਲਦਾ ਤੇਗ ਦੇ ਨਾਲ, ਤੇ ਨਮਸਕਾਰ ਕਰਕੇ ਦੇਗ ਅਤੇ ਤੇਗ ਫਤਿਹ ਹੋਈ ਹੋਈ ਸੀ, ਉਹਦੇ ਉੱਤੇ ਅਕਾਲ ਦਾ ਪਹਿਰਾ ਸੀ। ਹੁਣ ਆਪਾਂ ਇੰਨੇ ਥੱਲੇ ਕਿਉਂ ਆਏ ਹਾਂ? ਰਾਜ ਭਾਗ ਖੁੱਸ ਗਿਆ, ਸਭ ਖੁੱਸ ਗਿਆ, ਪਹਾੜ ਪਰਬਤ ਸਭ ਗਿਆ, ਜੋ ਸਾਨੂੰ ਦਿੱਤਾ ਉਹਦੇ ਵਿੱਚੋਂ ਕੁਛ ਵੀ ਨਹੀਂ ਬਚਿਆ। ਬੱਚੇ ਵੀ ਸਾਡੇ ਗਏ, ਦਿਹਾੜੀਆਂ ਦੇ ਲਈ ਅਸੀਂ ਮਜਬੂਰ ਹਾਂ, ਪੈਸੇ ਦੇ ਲਈ ਅਸੀਂ ਮਜਬੂਰ ਹਾਂ, ਉਹਦੇ ਲਈ ਸਾਨੂੰ ਫਿਰ ਆਪਦੇ ਬੱਚੇ ਵੀ ਤਿਆਗਣੇ ਪੈਂਦੇ ਆ। ਇਹ ਕੋਈ ਸਟੈਂਡਰਡ ਥੋੜ੍ਹੀ ਨਾ ਹੈ ਕਿ ਪਹਿਲੋਂ ਮਾਂ ਬਾਪ ਬੱਚਾ ਪਾਲਦਾ ਕਿਉਂ ਆ, ਵੀ ਮੇਰੀ ਵਡੇਪੇ ਸੇਵਾ ਕਰੇਗਾ, ਮੇਰਾ ਸਭ ਕੁਝ ਕਰੂਗਾ। ਪਰ ਅੱਜ ਹਾਲਾਤ ਇਹ ਬਣ ਗਏ ਆ, ਉਹ ਆਉਂਦਾ ਯਾਰ ਮੈਂ ਆਪੇ ਇੱਥੇ ਡੰਗਾ ਸਾਰ ਲਵਾਂਗਾ, ਤੂੰ ਜਾ ਕੇ ਆਪਦੀ ਰੋਟੀ ਪਾਣੀ ਵੇਖ, ਇੱਥੇ ਹਾਲਾਤ ਨਹੀਂ ਹੈਗੇ। ਇਹ ਕੋਈ ਸਟੈਂਡਰਡ ਥੋੜ੍ਹੀ ਨਾ ਵੀ ਸਾਡੇ ਬੱਚੇ ਅਮਰੀਕਾ ਸੈੱਟ ਆ। ਚਲੋ ਕੋਈ ਪੁਰਾਣਾ ਸੀ, ਉਹ ਵੱਖਰੀ ਗੱਲ ਸੀ, ਅੱਜ ਮਜਬੂਰੀ ਨੂੰ ਅਸੀਂ ਜਾ ਰਹੇ ਹਾਂ। ਮਾਂ ਬਾਪ ਵਿਛੋੜਾ ਸਭ 30-40 ਸਾਲ ਉਹਨੂੰ ਪਾਲਿਆ, ਪਾਲ ਪੂਲ ਕੇ ਉਹ ਹਵਾਲੇ ਕਰਦਾ ਅਗਲਿਆਂ ਦੇ, ਉਹ ਉੱਥੇ ਜਾ ਕੇ ਕਮਾਉਂਦਾ, ਜੀਰੋ ਤੋਂ ਜਾ ਕੇ ਕਮਾਉਂਦਾ ਉਹ, ਨਾਲੇ ਤਾਂ ਮਨ 'ਚ ਦੁੱਖ ਰੱਖਦਾ, ਨਾਲੇ ਕਹਿੰਦਾ ਵੀ ਕੀ ਖੱਟਿਆ, ਅਤੇ ਇਹ ਨਹੀਂ ਪਤਾ ਵੀ ਹੁਣ ਜਿਹੜੀ ਉਹ ਗਏ ਉਹਨਾਂ ਦੀਆਂ ਅੱਗੇ ਬੱਚਿਆਂ ਨੇ ਲਾਦਾ ਨੇ ਕੀ ਬਣਨਾ। ਸਾਰਾ ਤਾਂ ਟੁੱਟ ਗਿਆ, ਪੰਜਾਬ ਤੋਂ ਟੁੱਟ ਗਿਆ, ਗੁਰਬਾਣੀ ਤੋਂ ਆਪ ਬੱਚਾ ਟੁੱਟਿਆ ਹੋਇਆ, ਸ਼ਬਦ ਤੋਂ ਟੁੱਟ ਗਿਆ, ਅਗਾਂਹ ਬੱਚੇ ਕੀ ਬਣਨਗੇ? ਅਤੇ ਸਾਨੂੰ ਮਹਾਰਾਜ ਨੇ ਯੁੱਗ ਯੁੱਗ ਰਾਜ ਦਿੱਤਾ ਹੋਇਆ, ਕਿਉਂ ਬਈ? ਇਹ ਸਾਰੀ ਗੱਲ ਇਹ ਆ ਵੀ ਆਪਾਂ ਸ਼ਬਦ ਤੋਂ ਟੁੱਟ ਗਏ, ਗੁਰਬਾਣੀ ਤੋਂ ਟੁੱਟ ਗਏ ਆਪਾਂ। ਆਪਾਂ ਆਪਦੇ ਬੱਚਿਆਂ ਨੂੰ ਗੁਰਬਾਣੀ ਤੋਂ ਤੋੜ ਬੈਠੇ ਹਾਂ, ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਨਹੀਂ। ਸ਼ੁਰੂ ਤੋਂ ਥੋੜ੍ਹੀ ਥੋੜ੍ਹੀ ਸ਼ਬਦ ਦੀ ਗੁੜਤੀ ਦਿੰਦੇ ਜਾਂਦੇ, ਨਾਲ ਨਾਲ ਕਰੀ ਜਾਓ ਆਪਦਾ, ਕਮਾਈਆਂ ਕਰੋ, ਸ਼ਬਦ ਪੜ੍ਹੋ। ਪਹਿਲੋਂ ਵੀ ਬਜ਼ੁਰਗ ਹੁੰਦੇ ਸੀਗੇ, ਵੱਟ ਵੱਟ ਬੰਨੇ ਬੰਨੇ ਤੁਰੇ ਜਾਣਾ, ਸ਼ਬਦ ਦਾ ਅਭਿਆਸ ਕਰਦੇ ਜਾਣਾ, ਜਪਜੀ ਸਾਹਿਬ ਦਾ ਪਾਠ ਕਰਦੇ ਜਾਣਾ, ਨਾਲੇ ਖੇਤੀਆਂ ਦੀ ਰਾਖੀ ਕਰਨੀ, ਨਾਲੇ ਦੁਕਾਨਾਂ ਚਲਾਉਣੀਆਂ, ਦੇਸ਼ ਵਿਦੇਸ਼ ਜਾਣਾ। ਅੱਜ ਕਿਉਂ ਨਹੀਂ ਹੋ ਰਿਹਾ ਹੈਗਾ? ਸਾਡੇ ਅੱਜ ਪਰ ਗੁਰਮੁਖ ਬੈਠੇ, ਅੱਜ ਤੋਂ 30-40 ਸਾਲ ਪਹਿਲਾਂ ਜਿਹੜੇ ਟਰੈਕਟਰ ਹੁੰਦੇ ਸੀ, ਕਿੰਨਿਆਂ ਕਿਤੇ ਡੈੱਕ ਵੱਜਦਾ ਹੁੰਦਾ ਸੀ, ਅਤੇ ਅੱਜ ਤਾਂ ਅਗਲੇ ਉਹ ਇੰਨਾ ਉੱਚੀ ਬੁਲਾਉਂਦੇ ਆ ਵੀ ਨਾਲ ਦੇ 5 ਪਿੰਡਾਂ ਤੋਂ ਪਤਾ ਲੱਗਦਾ ਵੀ ਪੈਲੀ ਪਾਉਣ ਡਿਆ ਉਹ। ਉਹਦੇ ਉੱਤੇ ਉੱਚੀ ਸੰਗੀਤ, ਉੱਚਾ ਸਾਰਾ ਕਾਰੋਬਾਰ, ਕੋਈ ਬਾਣੀ ਨਹੀਂ, ਕੋਈ ਕੁਛ ਨਹੀਂ। ਅਤੇ ਗੁਰਮੁਖ ਕਹਿੰਦੇ ਹੁੰਦੇ ਸੀ ਵੀ ਜੇ ਸ਼ਬਦ ਦਾ ਅਭਿਆਸ ਕਰਦਿਆਂ ਕੇਰਾ ਕੇਰੂੰਗਾ, ਇੱਕ ਇੱਕ ਸਿੱਟੇ ਵਿੱਚ 10-10 ਸਿੱਟਿਆਂ ਜਿੰਨੀ ਬਰਕਤ ਆਊਗੀ। ਉਹ ਮਾਂ ਉਹ ਗੁਰੂ ਨਾਨਕ ਦੀ ਹਜ਼ੂਰੀ ਦੇ ਵਿੱਚ ਬੀਜ ਵੇਚਦਾ ਪਿਆ,
ਗੁਰੂ ਨਾਨਕ ਦੀ ਹਜ਼ੂਰੀ ਦੇ ਵਿੱਚ ਵੱਟ ਬੰਨੇ ਦੇ ਉੱਪਰ ਚੱਲ ਰਿਹਾ, ਗੁਰੂ ਨਾਨਕ ਦੀ ਹਜ਼ੂਰੀ ਵਿੱਚ ਤੂੰ ਗੱਲੇ ਦੇ ਉੱਪਰ ਬੈਠਾ ਹੋਇਆ, ਇੱਕ ਗਾਹਕ ਆਉਂਦਾ ਹੁੰਦਾ ਰੂਪ ਸਮਝ ਕੇ ਸਿਮਰਨ ਕਰਦਾ ਕਰਦਾ ਤੂੰ ਵੇਚੀ ਚੱਲ, ਦੇਖੀ ਫਿਰ ਗੁਰੂ ਨਾਨਕ ਦੇ ਨੇ ਜਿਵੇਂ 13-13 ਤੋਲਿਆ ਸੀ ਤੇਰੀ ਦੁਕਾਨ 'ਤੇ, ਵੇਖੀ ਕਿਵੇਂ 13-13 ਪੈ ਜਾਣਗੇ ਘਾਟੇ ਮੋਦੀਖਾਨੇ ਤਰ੍ਹਾਂ। ਗੁਰੂ ਨਾਨਕ ਨੇ ਵਪਾਰ ਵੀ ਕਰਕੇ ਵਿਖਾਇਆ ਵੀ ਇਸ ਤਰ੍ਹਾਂ ਕਰਨਾ, ਖੇਤੀ ਕਰਕੇ ਵਿਖਾਈ ਇਸ ਤਰ੍ਹਾਂ ਕਰਨੀ ਆ, ਨੌਕਰੀ ਕਰਕੇ ਵਿਖਾਈ ਇਸ ਤਰ੍ਹਾਂ ਕਰਨੀ ਆ। ਦੇਸ਼ ਵਿਦੇਸ਼ ਵੀ ਗਏ ਨੇ, ਰਸ਼ੀਆ ਵੀ ਗਏ, ਚਾਈਨਾ ਵੀ ਗਏ, ਐਂ ਜਾਣਾ ਦੇਸ਼ ਵਿਦੇਸ਼ਾਂ ਵਿੱਚ, ਜੇ ਤੁਸੀਂ ਜਾਣਾ ਨਾ ਚਲੇ ਜਾਓ ਕੋਈ ਗੱਲ ਨਹੀਂ, ਉੱਥੇ ਜਾ ਕੇ ਸ਼ਬਦ ਦੀ ਵਿਚਾਰ ਕਰਿਓ, ਕਿਹੜੀ ਗੱਲ ਹੈ ਜਿਹੜੀ ਗੁਰੂ ਨਾਨਕ ਦੇਵ ਨੇ ਨਹੀਂ ਕੀਤੀ, ਖੇਤੀ ਕੀਤੀ, ਨੌਕਰੀ ਕੀਤੀ, ਵਪਾਰ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਿਆ, ਐਜੂਕੇਸ਼ਨ ਲੈਵਲ 'ਤੇ ਬਹੁਤ ਵੱਡੇ ਸੀਗੇ ਉਹਨਾਂ ਨੂੰ ਸਮਰਿੱਧੀ। ਹੁਣ ਚਾਈਨਾ ਦੇ ਵਿੱਚ ਜਾ ਕੇ ਅਨਪੜ੍ਹ ਬੰਦਾ ਗੱਲ ਕਰ ਲੂ, ਰਸ਼ੀਆ 'ਚ ਜਾ ਕੇ ਅਨਪੜ੍ਹ ਬੰਦਾ ਗੱਲ ਕਰ ਲੂਗਾ? ਉਹ ਗੁਰਮੁਖੀ ਭਾਸ਼ਾ ਉਹਨਾਂ ਨੇ ਬਣਾਈ ਆ। ਇਹ ਕਹੀ ਜਾਂਦੇ ਆ ਬਈ ਉਹ ਮਜ਼ਾ ਚਾਰਦੇ ਸੀ, ਉਹ ਤਾਂ ਅਨਪੜ੍ਹ ਸੀ। ਬਹੁਤ ਵੱਡੇ ਫਿਲਾਸਫਰ ਸੀਗੇ ਉਹ, ਸਭ ਕੁਝ ਕਰਕੇ ਦਿਖਾਇਆ ਵੀ ਗੁਰੂ ਦੇ ਹੁਕਮ ਦੇ ਵਿੱਚ ਤੁਸੀਂ ਕਿਵੇਂ ਕਰਨੀ ਆ ਇਹ ਸਾਰੀ ਚੀਜ਼, ਖੇਤੀ ਕਰੋ, ਵਪਾਰ ਕਰੋ, ਜੋ ਮਰਜ਼ੀ ਕਰੋ, ਦੁਕਾਨਦਾਰੀ ਕਰੋ, ਤੁਸੀਂ ਸ਼ਬਦ ਦੀ ਕਮਾਈ ਵਿੱਚ ਹੁਕਮ 'ਚ ਚੱਲੋਗੇ, ਤੁਹਾਨੂੰ ਕੋਈ ਘਾਟਾ ਨਹੀਂ ਪਏਗਾ। ਆਹ ਵੇਖੋ 13-13 ਤੋਲ ਕੇ ਦਿਖਾਇਆ, ਪਸ਼ੂ ਜਦੋਂ ਪਸ਼ੂ ਚਾਰ ਕੇ ਵਿਖਾਏ, ਮੱਝਾਂ ਜਦੋਂ ਵੜ ਜਾਂਦੀਆਂ ਆਪਾਂ ਸਾਖੀਆਂ ਸੁਣਦੇ ਹਾਂ, ਕਿਵੇਂ ਸਵੇਰ ਨੂੰ ਉਹਨੇ ਆਖਿਆ ਮੈਂ ਸ਼ਿਕਾਇਤ ਲਾਊਂਗਾ, ਸਵੇਰ ਨੂੰ ਆਉਂਦਿਆਂ ਸਾਰੀ ਫਸਲ ਉਵੇਂ ਦੀ ਉਵੇਂ, ਕਿਉਂ? ਵਿੱਚ ਕਰਤਾ ਪੁਰਖ ਖਲੋਆ, ਉਹ ਕਰਤੇ ਪੁਰਖ ਨੂੰ ਆਪਾਂ ਖਿਲਾਰੀਏ, ਸਾਰੇ ਰਾਜ ਭਾਗ ਉਸੇ ਤਰ੍ਹਾਂ ਹੋ ਜਾਣੇ ਆ। ਸਿੱਧੀਆਂ ਤਲਵਾਰਾਂ ਖਿੱਚੀਆਂ ਕੱਖ ਨਹੀਂ ਜੇ ਬਣਨਾ, ਸ਼ਬਦ ਦੀ ਕਮਾਈ ਤੋਂ ਬਿਨਾਂ ਨਾ ਰਾਜ ਮਿਲਣਾ, ਨਾ ਦੌਲਤਾਂ ਮਿਲਣੀਆਂ, ਨਾ ਸ਼ੌਹਰਤਾਂ ਮਿਲਣੀਆਂ। ਬਸ ਇੱਕੋ ਸਮਝੋ ਜੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਤੁਸੀਂ ਰੋਜ਼ ਪੜ੍ਹਦੇ ਵੀ ਪਏ ਹੋ, ਕਮਾਉਂਦੇ ਨਹੀਂ ਪਏ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰੀ ਦੇ ਨਾਲ ਰਹਿਣਾ ਸਿੱਖ ਲਾ। ਮਣਾ ਮਨ ਨੂੰ ਕਿਹਾ, ਤਨ ਨੂੰ ਨਹੀਂ ਕਿਹਾ, ਮਨ ਨੂੰ ਕਿਹਾ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਫਿਰ ਕੀ ਆਉਂਦੇ ਨੇ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਹੁਣ ਆਪਾਂ ਆਪਦੇ ਬੱਚਿਆਂ ਨੂੰ ਗੁਰਬਾਣੀ ਨਾਲ ਜ਼ਰੂਰ ਜੋੜਨਾ। ਪੋਥੀਆਂ ਮਿਲਦੀਆਂ ਨੇ, ਪੋਥੀਆਂ ਦੇ ਰਾਹੀਂ, ਫੋਨ ਦੇ ਰਾਹੀਂ ਸਿਮਰਨ ਦੀਆਂ ਕਲਾਸਾਂ ਵੀ ਲੱਗ ਰਹੀਆਂ ਨੇ। ਆਪਣੇ ਪਾਸੋਂ ਉਪਰਾਲਾ ਕੀਤਾ ਗਿਆ, ਟੈਲੀਗ੍ਰਾਮ 'ਤੇ ਕਲਾਸਾਂ ਲੱਗਦੀਆਂ, ਡੇਢ ਘੰਟਾ ਸਵੇਰੇ ਸਿਮਰਨ ਕਰਾਈਦਾ, ਗੁਰਮੰਤਰ ਦਾ ਅਭਿਆਸ ਅਤੇ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ। ਹੋਈ ਹੋਰ ਕਿਸੇ ਕਿਤਾਬ, ਕਿਸੇ ਸੰਪਰਦਾ, ਕਿਸੇ ਕੋਈ ਇਹ ਨਹੀਂ ਵੀ ਹੈ ਵੀ ਉਹ ਉਸ ਬਾਬਾ ਜੀ ਦੀ ਉਸਤਤ ਕਰਦੇ ਆ, ਉਹਦੀ ਸਿਰਫ ਗੁਰੂ ਨਾਨਕ ਦੀ ਕਰਦੀ ਵਿਚਾਰ। ਇੱਕ ਘੰਟਾ ਸਵੇਰੇ, ਇੱਕ ਸ਼ਾਮ ਨੂੰ। ਔਨਲਾਈਨ ਲਾਹੇ ਬਹੁਤ ਨੇ, ਔਨਲਾਈਨ ਸੋਫਟਵੇਅਰ ਆਏ ਹੋਏ ਆ ਗੁਰਬਾਣੀ ਦੇ, ਬੱਚਿਆਂ ਨੂੰ ਜੋੜੋ, ਸ਼ਬਦ ਦੇ ਨਾਲ ਜੋੜੋ, ਗੁਰਬਾਣੀ ਦੇ ਨਾਲ ਜੋੜੋ, ਇਹ ਬੀਜ ਬੀਜੋਗੇ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੁੱਖ ਮਾਣਨਗੀਆਂ। ਅਤੇ ਜੇ ਆਪਾਂ ਇਕੱਲਾ ਧੰਨ ਵਪਾਰ ਦੇ ਨਾਲ ਜੋੜ ਦਿੱਤਾ, ਸਿਰਫ ਸਕੂਲਾਂ ਕਾਲਜਾਂ ਦੇ ਨਾਲ ਜੋੜ ਦਿੱਤਾ, ਫਿਰ ਉਹਨਾਂ ਦੇ ਵਿੱਚ ਕਾਮ ਅਤੇ ਕ੍ਰੋਧ ਇੰਨਾ ਭਰਪੂਰ ਹੋ ਜਾਏਗਾ, ਉਹ ਤੁਹਾਡਾ ਕਹਿਆ ਨਹੀਂ ਮੰਨਣਗੇ। ਗੁਰੂ ਨਾਲ ਤੁਸੀਂ ਉਹਨਾਂ ਨੂੰ ਗੁਰੂ ਨਾਲੋਂ ਤੋੜੋਗੇ, ਉਹ ਤੁਹਾਡੇ ਨਾਲ ਵੀ ਟੁੱਟ ਜਾਣਗੇ। ਇਸ ਕਰਕੇ ਕਿਹਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਜਿਹੜਾ ਮਨ ਵਿੱਚ ਕਾਮ ਕ੍ਰੋਧ ਭਰ ਗਿਆ ਨਾ, ਸਾਧੂਆਂ ਦਾ ਸੰਗ ਕਰਾ ਦਿਓ, ਖਤਮ ਹੋ ਜਾਏਗਾ। ਸੋ ਆਓ ਸਿਮਰਨ ਕਰੀਏ, ਸਾਧ ਸੰਗਤ ਭਜ ਕੇਵਲ ਨਾਮ, ਮਿਲ ਸਾਧ ਸੰਗਤ, ਮਿਲ ਕੇ ਸਾਧ ਸੰਗਤ ਨਾਲ ਇੱਕ ਨਾਮ ਦੀ ਵਿਚਾਰ ਕਰਨੀ, ਨਾਮ ਦਾ ਅਭਿਆਸ ਕਰਨਾ, ਇਹ ਬਿਲਕੁਲ ਅੰਦਰ ਵਸ ਜਾਵੇ, ਮਨ 'ਚ ਵਸਾਉਣਾ, ਪਿਆਰ ਪਾਉਣਾ ਆਪਾਂ ਸ਼ਬਦ ਦੇ ਨਾਲ। ਹੋਰ ਹੋਰ ਕੀ ਖੇਡ ਹੈ, ਕਿਹੜੀ ਜੁਗਤੀ ਹੈ, ਪਿਆਰ ਤੋਂ ਉੱਪਰ ਕਿਹੜੀ ਜੁਗਤੀ ਹੈ? ਜਦੋਂ ਦਿਨ ਰਾਤ ਮਸਤ ਮੌਲੇ ਜੇ ਮਸਤਾਨੇ ਜੇ ਹੋ ਕੇ ਕਰਨ ਲੱਗੇ, ਵਾਹਿਗੁਰੂ ਵਾਹਿਗੁਰੂ, ਆਪੇ ਆ ਜਾਏਗਾ, ਇੱਥੇ ਹੀ ਬੈਠਾ, ਕਿਤੇ ਦੂਰ ਥੋੜ੍ਹਾ ਨਾ ਬੈਠਾ। ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਮਨ ਨਿਰਮਲ ਕਰ ਲਿਆ ਨਾ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ,
ਸਿਮਰਨ ਕਰ ਕਰਕੇ ਇੰਨਾ ਮਨ ਨਿਰਮਲ ਹੋ ਗਿਆ। ਕਬੀਰ ਸਾਹਿਬ ਕਹਿੰਦੇ ਰੱਬ ਮੇਰੇ ਪਿੱਛੇ ਆਵਾਜ਼ਾਂ ਮਾਰਦਾ ਫਿਰੇ, ਕਬੀਰ ਕਬੀਰ, ਇੰਨੀ ਵੀ ਅਵਸਥਾ ਹੋ ਜਾਂਦੀ। ਆਓ ਕਰੀਏ ਮਨ ਨੂੰ ਨਿਰਮਲ, ਨੇਤਰ ਬੰਦ ਕਰੋ, ਸ਼ਬਦ ਅਭਿਆਸ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ 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 ਵਾਹਿਗੁਰੂ। ਬੋਲ ਕੇ ਚੁੱਪ ਨਹੀਂ ਕਰਨਾ ਕਿਸੇ ਗੁਰਮੁਖ ਨੇ, ਬੋਲ ਕੇ ਅਭਿਆਸ ਕਰਨਾ ਸੰਗਤ ਦੇ ਨਾਲ, ਸੰਗਤ ਦੀ ਮਰਿਆਦਾ ਹੈ। ਵਾਹਿਗੁਰੂ 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 ਨੇ ਬਹੁਤ ਸੋਹਣੇ ਵਿਚਾਰ ਸਰਵਣ ਕਰਵਾਈ। ਸੋ ਵੀਡੀਓ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।